ਸਤਿ ਸ਼੍ਰੀ ਅਕਾਲ, ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਅਤੇ ਅੱਜ ਅਸੀਂ ਜੀ ਆਏ ਹੋਏ ਹਾਂ ਕੈਲਗਰੀ ਤੋਂ ਕੋਈ 20-30 ਕਿਲੋਮੀਟਰ ਬਾਹਰ ਖੇਤਾਂ 'ਚ ਖੜ੍ਹੇ ਹਾਂ। ਅੱਜ ਸਾਡਾ ਰਿਲੈਕਸ ਜਿਹਾ ਦਿਨ ਸੀਗਾ, ਘੁੰਮਣ ਫਿਰਨ ਦਾ ਜ਼ਿਆਦਾ ਪਲੈਨ ਨਹੀਂ ਸੀਗਾ। ਫਿਰ ਸੋਚਿਆ, ਲੇਟ ਜੇ ਨਿਕਲੇ ਸੀ ਘਰੋਂ ਅਤੇ 2 ਕੁ ਵੱਜੇ ਹੋਏ ਦੁਪਹਿਰ ਦੇ, ਵੀ ਖੇਤੀਬਾੜੀ ਬਾਹਰ ਆਲਾ ਦੁਆਲਾ ਕਿਹੋ ਜਿਹਾ, ਅਤੇ ਉਹ ਦੇਖ ਕੇ ਆਈਏ। ਸੋ ਅੱਜ ਦੇ ਵਲੌਗ 'ਚ ਇਹਨਾਂ ਦੀ ਜਿਹੜੀ ਗੋਰੇ ਕਿਸਾਨਾਂ ਦੀ ਖੇਤੀ ਹੈ, ਕੀ ਖੇਤੀ ਕਰਦੇ ਆ ਇਹ, ਕਿਵੇਂ ਦਾ ਸਾਰਾ ਆਲਾ ਦੁਆਲਾ, ਉਹ ਅੱਜ ਤੁਹਾਨੂੰ ਦਿਖਾਵਾਂਗੇ। ਇਹ ਦੇਖ ਲਓ ਬਾਈ, ਗੋਰੇ ਕਿਸਾਨਾਂ ਦੀ ਹਾੜੀ ਚਲੀ ਜਾਂਦੀ ਹੈ ਇਸ ਟਾਈਮ, ਅਤੇ ਪੂਰਾ ਜ਼ੋਰਾਂ 'ਤੇ ਇਸ ਟਾਈਮ ਕੰਮ ਫਸਲਾਂ ਕੱਟਣ ਦਾ। ਅਤੇ ਕੰਬਾਈਨ ਦੇਖੋ ਇਹਨਾਂ ਦੀ, ਆਪਣੀਆਂ 2 ਕੰਬਾਈਨਾਂ ਜਿਹੜਾ ਕੱਟਰ ਬਹਾਲ ਹੈ, ਘੇਰਾ ਐਡਾ ਵੱਡਾ ਲੈ ਜਾਂਦੀ ਹੈ, ਜੌਂਡੀਅਰ ਦੀ ਕੰਬਾਈਨ ਹੈ। ਤੂੜੀ ਤਾੜੀ ਦਾ ਵਿੱਚੇ ਪਰੋਲਾ ਬਣਾਈ ਜਾਂਦੀ ਹੈ, ਜਿਵੇਂ ਆਪਣੇ ਕਹਿੰਦੇ ਤੂੜੀ ਸਾਂਭ ਲੈਂਦੇ, ਬਾਅਦ 'ਚੋਂ ਤੂੜੀ ਕਰਦੇ, ਨਹੀਂ ਤੂੜੀ ਤਾੜੀ ਕਰਦੇ। ਅਤੇ ਉੱਤਰ ਕੇ ਆ ਰਿਹਾ ਗੋਰਾ ਬਾਈ, ਤੁਹਾਡੇ ਨਾਲ ਕਰਾਉਂਦੇ ਹਾਂ ਗੱਲਬਾਤ, ਅਤੇ ਤੁਹਾਨੂੰ ਮਾੜਾ ਜਿਹਾ ਨਾਲੇ ਦਿਖਾਵਾਂਗੇ ਵੀ ਕਿੱਡਾ ਵੱਡਾ ਸਿਸਟਮ ਹੈ। ਦੇਖੋ ਕੰਨਾਂ 'ਤੇ, ਭੈਣੇ ਤੁਸੀਂ ਜਾ ਕੇ ਕਰੋ ਗੱਲ ਮਾੜੀ ਜੀ, ਨਾਲੇ ਕੰਨਾਂ 'ਤੇ ਹੈੱਡਫੋਨ ਚਾੜਾ ਵੀ ਖੜਕਾ ਨਾ ਹੋਵੇ, ਪਤਾ ਨਾ ਉਹ ਨਾ ਹੋਵੇ, ਵੀ ਸ਼ੋਰ ਸ਼ਰਾਬਾ ਨਾ ਕਰੇ। ਹੈਲੋ, ਹਾਓ ਆਰ ਯੂ? ਫਾਈਨ। ਬਾਈ ਦੱਸ ਰਿਹਾ, ਕਹਿੰਦਾ ਮੇਰਾ 300 ਕਿੱਲੇ ਦਾ ਫਾਰਮ ਹੈ, ਅਤੇ ਇਕੱਲਾ ਜਾਣੀ ਸਾਂਭੀ ਜਾਂਦਾ, ਇਕੱਲਾ ਜਾਣਾ ਕਣਕ ਵੱਢੀ ਜਾਂਦਾ ਜੇ 300 ਕਿੱਲੇ ਦੀ। ਆਪਣੇ ਦੇਖ ਲਓ 3-4 ਕਿੱਲਿਆਂ ਦੀ ਕਣਕ ਵੱਢੀ ਹੋਵੇ, ਆਪਣੇ ਕਿੰਨੇ ਬੰਦੇ ਬੁੰਦੇ ਨਾਲ ਲਾਏ ਹੁੰਦੇ ਆ। ਅਤੇ ਹੁਣ ਇਨਫੋਰਮੇਸ਼ਨ ਲੈਂਦੇ ਹਾਂ ਸਾਰੀ। 4-5 ਕੁ ਦਿਨ ਹੋ ਗਏ, ਕਹਿੰਦੇ ਅੱਜ ਡਨ ਹੋ ਜਾਣਾ ਸਾਰਾ। ਅੱਛਾ, 4 ਦਿਨ ਹੋ ਗਏ ਸ਼ੁਰੂ ਕੀਤੇ ਨੇ। ਤੇ ਹਾਂਜੀ, ਤੁਹਾਨੂੰ ਸਾਰਾ ਕੰਬਾਈਨ ਦਿਖਾਉਂਦੇ ਆ ਦੀ, ਨਾਲੇ ਕੀਮਤ ਕੂਮਤ ਪੁੱਛਦੇ ਆ ਕਿੰਨੇ ਦੀ ਹੈ, ਹੈ ਨਾ। ਸਾਰਾ ਆਲਾ ਦੁਆਲਾ ਹੋਰ ਟਰੈਕਟਰ ਰੂਟਰ ਖੜ੍ਹੇ ਉਹ ਦਿਖਾਉਂਦੇ ਆ। ਅਤੇ ਨਾ ਇਹ ਯਾਰ ਇੰਨੇ ਨਾਈਸ ਹੁੰਦੇ ਆ, ਦੇਖ ਲਓ ਉੱਤਰ ਕੇ ਮਿਲਣ ਆਇਆ, ਆਪਦਾ ਕੰਮ ਛੱਡ ਕੇ ਸਾਰੀ ਇਨਫੋਰਮੇਸ਼ਨ ਦੇਣ ਆਇਆ, ਕਹਿੰਦਾ ਵੀ ਤੁਸੀਂ ਪੁੱਛ ਲਓ ਕੀ ਕੁਛ ਪੁੱਛਣਾ, ਮੈਂ ਇੱਥੇ ਹੈਗਾ, ਤੁਹਾਨੂੰ ਸਾਰਾ ਸਮਝਾ ਦੇਣਾ, ਦੱਸ ਦੇਣਾ, ਕਹਿੰਦਾ ਵੀ ਕਿਵੇਂ ਖੇਤੀ ਹੈ। ਅਤੇ ਵੈਸੇ ਤਾਂ ਆਪਣੇ ਹੀ ਬੰਦੇ ਵਧੀਆ ਕੰਮ ਛੱਡ ਕੇ ਆਪਣੇ ਹੀ ਮਿਲਦੇ ਆ, ਪਰ ਗੋਰੇ ਵਿੱਚ ਵਿੱਚ ਵਧੀਆ ਹੁੰਦੇ ਆ, ਹੈ ਨਾ। ਵਿੱਚ ਵਿੱਚ ਆਪਣੇ ਵਾਲੇ ਤਾਂ ਜੇ ਆਪਾਂ ਆਪਣੇ ਕਿਸੇ ਖੇਤ 'ਚ ਜਾਂਦੇ, ਪੰਜਾਬ ਵਾਲੇ ਚਾਹ ਵੀ ਪਿਲਾਉਣੀ ਸੀ, ਤੇ ਜਿੰਨੀ ਕੋ ਉਹਨਾਂ ਕੋਲੇ ਰੋਟੀ ਪਾਣੀ ਹੁੰਦਾ ਉਹ ਵੀ ਖਵਾਉਣਾ ਜੀ, 4 ਨਾਲ ਰੋਟੀਆਂ। ਪਰ ਇਹਨਾਂ ਨਾਈਸ ਨੇ, ਬਹੁਤ ਨਾਈਸ ਨੇ, ਗੱਲ ਕੀਤੀ, ਆਪਦਾ ਕੰਮ ਛੱਡ ਕੇ ਆਪਣੇ ਆ ਦੱਸ ਰਿਹਾ ਹੁਣ ਸਾਰਾ, ਤੇ ਗੱਲਾਂ ਬਾਤਾਂ ਸੁਣਦੇ ਆ, ਫਿਰ ਤੁਹਾਨੂੰ ਦਿਖਾਉਣੀ। ਲੈ ਵੀ ਬਾਈ ਕਹਿੰਦਾ ਆ ਜਾ, ਕਹਿੰਦਾ ਤੈਨੂੰ ਤਾਂ ਵੀ ਰਾਈਡ ਵੀ ਦਿੰਦਾ, ਕਹਿੰਦਾ ਬਿਠਾਉਣਾ ਤੈਨੂੰ ਕੰਬਾਈਨ 'ਚ, ਸਾਡੀ ਕੰਬਾਈਨ ਕਿਹੋ ਜੀ ਹੈ। ਲੈਟਸ ਗੋ, ਓਕੇ ਗੋ, ਆਉਂਦੇ ਆ ਤੁਹਾਨੂੰ ਅੱਜ ਗੋਰਿਆਂ ਦੀ ਕੰਬਾਈਨ ਚੱਲਦੀ। ਏ ਸੀ ਕੈਬਨ ਹੈ ਸਾਰਾ, ਇਟਸ ਟੋਟਲੀ ਏ ਸੀ। ਕੈਨ ਆਈ ਕਲੋਜ਼ ਦਿਸ? ਯੈਸ ਪਲੀਜ਼। ਓ ਥੈਂਕ ਯੂ। ਯਾ ਕੰਬਾਈਨ ਦੇ ਨਾ ਅੰਦਰਲੇ ਪਾਸੇ ਸਕਰੀਨ ਲੱਗੀ ਹੁੰਦੀ ਆ, ਤੇ ਉਹਦੇ 'ਚ ਦੱਸਦਾ ਸਾਰਾ, ਵਟ ਇਜ਼ ਦਿਸ? ਸੋ ਦੈਟ ਟੈਲਸ ਮੀ ਮਾਈ ਯੀਲਡ, ਹਾਂ, ਦ ਮੋਇਸਚਰ, ਹਾਂ, ਐਂਡ ਇਟ ਆਲਸੋ ਡਜ਼ ਮਾਈ ਆਟੋ ਸਟੀਅਰ। ਓਕੇ, ਇਹ ਕਹਿੰਦਾ ਮੋਇਸਚਰ ਹੋਰ ਸਾਰਾ ਉਹਦਾ ਸਿਸਟਮ ਦਾ ਦੱਸਦਾ ਹੈਗਾ। ਖੇਤੀ ਵੀ ਸੌਖੀ ਇੱਥੇ ਤਾਂ ਯਾਰ, ਏ ਸੀ 'ਚ ਬਹਿ ਕੇ ਕਰਨੀ ਆਰਾਮ ਨਾਲ। ਆਪਣੇ ਤਾਂ ਵੈਸੇ ਹੁਣ ਆਪਣੇ ਵੀ ਆਉਣ ਲੱਗੇ ਸਾਂਦੇ, ਪਿਛਲੇ ਪਾਸੇ ਡਿੱਗੀ ਇਹਨੂੰ ਦਿਖਦੀ ਵੀ ਪਿਛਲੇ ਪਾਸੇ ਦੀ। ਵਾਓ, ਲੈ ਬਈ ਚਲਾ ਦਾ ਕੰਮ, ਇਹ ਤੋਂ ਹੀ ਚੱਲਦਾ ਸਾਰਾ। ਦੇਖੋ ਆਹ ਰਿਬੋਟ ਹੈ, ਬਸ ਇਹਦੇ ਤੋਂ ਹੀ ਚੱਲਦਾ ਸਾਰਾ। ਐਂ ਨਹੀਂ ਹੈਗਾ ਵੀ ਕਦੇ ਗੇਅਰ ਪਾ ਦਿਓ ਕਦੇ ਕੱਢ ਦਿਓ, ਇਹਦਾ ਐਂ ਲੱਗੀ ਜਾਂਦਾ ਯਾਰ ਜਿਵੇਂ ਗੇਮਾਂ ਖੇਡਦਾ ਹੁੰਦਾ ਹੈਗਾ। ਕਮਾਲ ਦੀ ਟੈਕਨੀਕ ਹੈ ਯਾਰ ਬਾਹਰ ਖੇਤੀ ਦੀ ਵੀ, ਹੈ ਨਾ। ਇਸੇ ਨੇ ਵੱਢੀ ਜਾਣੀ ਹੈ, ਕੱਪੜੇ ਸਾਰੇ ਭਰ ਗਏ ਗਰਦ ਨਾਲ ਅੱਜ। ਪਰ ਵਧੀਆ ਕੈਨੇਡਾ ਦੀ ਖੇਤੀ ਯਾਰ, ਸੋਹਣਾ ਲੱਗਿਆ, ਪਹਿਲੀ ਵਾਰੀ ਦੇਖਿਆ। ਉਹਦੇ ਬੈਰੀ ਦੇ ਫਾਰਮ ਦੇਖੇ ਸੀਗੇ ਰਾਜੇ ਬਾਈ ਹੁਣੇ ਨਾਲ, ਅਤੇ ਅੱਜ ਖੇਤੀ ਹੁੰਦੀ ਦੇਖ ਲਈ ਕਣਕ ਵਾਲੀ। ਕੈਨੇਡਾ ਦੇ ਸਾਰੇ ਰੰਗ ਦੇਖ ਲੈਣੇ ਆ।
ਇਹਦੇ ਵਿੱਚ ਸਿੱਟੀ ਜਾਂਦੀ ਆ। ਕਮੈਨ ਬਾਈ ਦੀ ਹੈਗੀ ਹੈ ਜੀ ਇਹਦੀ 2007 ਮਾਡਲ, ਅਤੇ ਦੇਖ ਲਓ ਜਮ੍ਹਾਂ ਨਵੀਂ ਲੱਗਦੀ ਹੈ, ਕਿਸੇ ਪਾਸਿਓ ਲੱਗਦੀ ਹੈ ਜੌਂਡੀਅਰ ਕੰਪਨੀ ਦੀ ਹੈ, ਐਂ ਲੱਗਦਾ ਜਿਵੇਂ ਹੁਣੇ ਅਜੇ ਕੱਲ੍ਹ ਹੀ ਕਢਾਈ ਹੁੰਦੀ ਹੈਗੀ। ਅਤੇ ਬਾਕੀ 30 ਫੁੱਟ ਦੱਸਿਆ ਮੈਨੂੰ ਲੱਗਦਾ, ਬਾਕੀ ਭੈਣ ਤੋਂ ਪੁੱਛ ਲਵਾਂਗੇ, 30 ਫੁੱਟ ਘੇਰਾ ਕਹਿੰਦਾ ਤਾ। ਅਤੇ $60,000 ਦੀ ਹੈ ਇਹ, ਹੁਣ 3.5 ਕਰੋੜ ਦੀ ਇੰਡੀਆ ਦੀ ਬਣ ਗਈ, 3.5 ਕਰੋੜ। ਅਤੇ ਕਮਾਲ ਹੈ ਯਾਰ ਇਹੋ ਜਿਹੇ ਸੰਦ, ਕਿਉਂਕਿ ਖੇਤੀ ਵੱਡੀ ਹੈ, ਰੱਖਣੀ ਪੈਣੀ ਇਹਨਾਂ ਦੀ ਮਜਬੂਰੀ ਹੈ। 300 ਕਿੱਲੇ ਨੂੰ ਤਾਂ ਹੁਣ ਇਹੀ ਸਾਂਭੂਗੀ, ਅਤੇ 300 ਕਿੱਲਾ ਫਿਰ ਵੀ ਭਾਵੇਂ ਬੰਦਾ ਇਕੱਲਾ ਤਾਂ ਕਰਕੇ 4 ਦਿਨ ਬਾਹਲੇ ਲਾਤੇ ਵੱਢਣ ਨੂੰ, ਮੈਨੂੰ ਤਾਂ ਐਂ ਲੱਗਦਾ 200-300 ਕਿੱਲਾ ਤਾਂ ਇੱਕ ਦਿਨ ਚੀਨ ਨਿਬੇੜਦੇ ਜਿਹੜੇ ਹਿਸਾਬ ਦੀ ਕਮਾਇਨ ਹੈ। ਅਤੇ ਜਿਹੜਾ ਤੁਹਾਨੂੰ ਦੱਸਿਆ ਸੀ ਤੂੜੀ ਤਾੜੀ ਨਹੀਂ ਸਾਂਭਦੇ ਇਹ, ਅਤੇ ਇਹ ਆਪਣੇ ਵਾਂਗੂ ਨਹੀਂ ਪਸ਼ੂਆਂ ਨੂੰ ਨੀਰਾ ਨਹੀਂ ਪਾਉਂਦੇ ਹੈਗੇ, ਵੀ ਆਪਣੇ ਵਾਂਗੂ ਵੀ ਬਾਅਦ 'ਚੋਂ ਉਹ ਚੱਲਣਗੇ, ਤੂੜੀ ਵਾਲੀਆਂ ਮਸ਼ੀਨਾਂ ਚੱਲਣਗੀਆਂ, ਇੱਥੋਂ ਹੀ ਸਿੱਟੀ ਜਾਂਦੇ ਇਹ, ਆਹ ਚੀਜ਼ ਆ ਨਾ ਜਿਹੜੀ ਇੱਥੋਂ ਪਿੱਛੇ ਸਿੱਟੀ ਜਾਂਦੇ ਆ, ਸਾਰਾ ਖੇਤ 'ਚ ਖੰਡਾ ਦਿੰਦੀ ਆ ਸਾਰਾ ਕੁਛ ਇਹ ਕਮਾਇਨ। ਜਿੰਨਾ ਮਤਲਬ ਕਣਕ ਵੱਢ ਲਈ ਉੱਪਰ ਇਹਦੇ ਸਟੋਰੇਜ ਆ, ਸਟੋਰ ਕਰਕੇ ਅਤੇ ਸਾਰਾ ਇਹਨੇ ਬਾਕੀ ਇਹਨੇ ਖੇਤ 'ਚ ਖੰਡ ਖਿਲਾਰ ਦੇਣਾ ਹੈਗਾ। ਅਤੇ ਆਹ ਥੱਲੇ ਤੁਹਾਨੂੰ ਪਿਆ ਦਿਖਦਾ ਵੀ ਹੁਣ ਬਹੁਤ ਵਧੀਆ। ਓਕੇ ਨਾਈਸ ਟੂ ਮੀਟ ਯੂ, ਥੈਂਕ ਯੂ, ਥੈਂਕ ਯੂ। ਅਨਲੋਡ ਕਰਨਾ ਕਹਿੰਦੇ ਦਿਖਾ ਸਕਦੇ ਹੋ, ਠੀਕ ਹੈ ਇਹ ਜੀ ਹੁਣ ਅਨਲੋਡ ਕਰਨਗੇ, ਕਹਿੰਦਾ ਤੁਸੀਂ ਦਿਖਾ ਦਿਓ ਵੀ ਜਦੋਂ ਅਨਲੋਡ ਕਰੋਗੇ ਮੈਂ ਕਣਕ ਕੱਢੂੰਗਾ। ਜਿਹੜੇ ਨਾ ਦਾਣੇ ਵੀ ਹੈ ਇਹਨਾਂ ਦੇ, ਅਤੇ ਇਹ ਟਰੈਕਟਰਾਂ 'ਚ ਨਹੀਂ ਲਿਜਾਂਦੇ ਆਪਣੇ ਵੀ, ਟਰਾਲੀ ਪਾ ਲਿਓ ਜੀ ਦਾਣੇ ਲੈ ਜਾਓ, ਟਰਾਲ ਹੈਗਾ ਇਹ ਪੀਟਰ ਬੈਲਟ ਦਾ, ਦੇਖ ਲਓ ਕਿੰਨੇ ਟਾਇਰਾਂ ਹੋਣਾ, 24 ਟਾਇਰਾਂ ਹੋਣਾ ਮੈਨੂੰ ਲੱਗਦਾ, ਤਾਂ ਐਡਾ ਟਰਾਲ ਹੈ ਇਹਦੇ 'ਚ ਲੋਡ ਕਰੂਗਾ ਸਾਰੀ ਇਹ, ਵੱਢ ਲੈਂਦੇ ਆ ਅਤੇ ਇਹਦੇ 'ਚ ਇਕੱਲਾ ਬੰਦਾ ਸਾਂਭੀ ਜਾਂਦਾ ਯਾਰ। ਤੁਸੀਂ ਇਹ ਦੇਖੋ ਇਹਨੇ ਇੱਥੇ ਟਰਾਲਾ ਲਿਆ ਕੇ ਖੜਾ ਤਾ, ਅਤੇ ਇਕੱਲਾ ਬੰਦਾ ਉਹ ਲੱਗ ਗਿਆ ਜੀ ਸਿੱਟਣ ਕਣਕ। ਆਹ ਦੇਖੋ ਜੀ ਆਹ ਖੜਾ ਟਰੱਕ ਭਰਤਾ ਪੂਰਾ, ਅੱਗੇ ਪਿੱਛੇ ਕਰ ਕਰ ਸਿੱਟ ਰਿਹਾ ਹੈਗਾ। ਕੈਨੇਡਾ 'ਚ ਟਰੱਕ ਫਿਰ ਟਰੱਕ ਹੀ ਢੋਂਦੇ ਆ ਜਿਹੜੀ ਕਣਕ ਢੋਂਦੇ ਆ, ਇੱਥੇ ਉਹ ਕੰਮ ਨਹੀਂ ਹੈਗਾ ਆਪਣੇ ਵਾਲਾ, ਵੀ ਮੰਡੀ ਸਿੱਟੇ ਉਹ ਕਹਿੰਦਾ ਮੰਡੀ ਕਰਨ ਹੁੰਦਾ ਨਹੀਂ ਇੱਥੇ, ਅਤੇ ਇੱਥੇ ਕਿਹੜਾ ਮੰਡੀਆਂ 'ਚ ਵਿਕਦੀਆਂ ਨੇ ਫਸਲਾਂ, ਅਤੇ ਇੱਥੇ ਤਾਂ ਸਟੋਰ ਕਰਦੇ ਆ। ਅੱਗੇ ਸਟੋਰ ਕਿਵੇਂ ਕਰਦੇ ਆ, ਕਿਵੇਂ ਵੇਚਦੇ ਆ, ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਜਾ ਕੇ। ਲੈ ਵੀ ਦੁਬਾਰੇ ਚੱਲ ਗਿਆ ਬਾਈ ਵੱਢਣ, ਇਹਨਾਂ ਜਿਹੜਾ ਕਟਰਵਾਲ ਹੈ ਉਹਦੇ ਥੱਲੇ ਵੀ ਇੱਥੇ ਟਾਇਰ ਲੱਗੇ ਹੋਏ ਆ, ਉਹ ਤੁਹਾਡੀ ਨੂੰ ਗਰਦ ਗੁਰਦ ਝਾੜਦੀ ਸਾਰੀ। ਉਹ ਦੇਖੋ ਤੂੜੀ ਕਿਵੇਂ ਸਿੱਟਦੀ ਆ ਪਿੱਛੇ ਨੂੰ, ਤੁਹਾਨੂੰ ਕਿਹਾ ਸੀ ਨਾ ਤੂੜੀ ਸਾਂਭਦੇ ਨਹੀਂ, ਐਂ ਆਪਣਾ ਆਪਣਾ ਖੇਤ 'ਚ ਖਿਲਾਰ ਦਿੰਦੀ ਆ ਸਾਰੀ। ਸਾਨੂੰ ਇੱਥੇ ਇੱਕ ਗੱਲ ਹੋਰ ਦੱਸਦੀ ਹੈ ਕਿ ਫਸਲ ਇੱਥੇ ਕੈਨੇਡਾ 'ਚ ਵੀ ਸਾਲ 'ਚ ਇੱਕੋ ਹੀ ਹੁੰਦੀ ਹੈ, ਇਕੱਲੀ ਕਣਕ ਹੀ ਹੁੰਦੀ ਹੈ, ਪੰਜਾਬ ਹੀ ਹੈ ਜਿਹੜੀ ਜਰਖੇਜ਼ ਜ਼ਮੀਨ ਹੈ, ਦੋ ਦੋ ਤਿੰਨ ਤਿੰਨ ਫਸਲਾਂ ਕੱਢ ਦਿੰਦੀ ਹੈ, ਜਾਂ ਮੱਕੀ ਲਾ ਲਓ ਜਾਂ ਕਣਕ ਲਾ ਲਓ, ਇਹ ਬਾਰਲੇ ਜੌਂ ਜੇ ਟਾਈਪ ਹੈ, ਇਹ ਪ੍ਰੋਪਰ ਕਣਕ ਨਹੀਂ ਹੁੰਦੀ, ਇਹ ਆਪਾਂ ਨੂੰ ਕਹਿਣ 'ਚ ਕਣਕ ਕਹਿ ਦਿੰਦੇ ਹਾਂ ਵੀ ਕਣਕ ਹੈ, ਅਤੇ ਇਹਦਾ ਪੱਕਣ ਦਾ ਮਹੀਨਾ ਆਹੀ ਹੁੰਦਾ ਅਗਸਤ ਦਾ, ਸਤੰਬਰ 'ਚ ਕਟਾਈ, ਫਿਰ ਆਹ ਲਾਸਟ ਜਿਹੇ ਦਿਨ ਚੱਲੀ ਜਾਂਦੇ ਕਟਾਈ ਦੇ,
ਕਿਉਂਕਿ ਕੈਨੇਡਾ 'ਚ ਵੈਸੇ ਤਾਂ ਪਹਿਲਾਂ ਠੰਡਾ ਪੈਂਦੀਆਂ ਨੇਗੀਆਂ ਅਤੇ ਇਹਨਾਂ ਦਿਨਾਂ 'ਚ ਹੀ ਸਭ ਤੋਂ ਵੱਧ ਗਰਮੀ ਪੈਂਦੀ ਆ ਕੇ ਜੁਲਾਈ ਤੋਂ ਬਾਅਦ ਜੂਨ ਜੁਲਾਈ ਅਗਸਤ ਫਿਰ ਉਦੋਂ ਹੀ ਜਿਹੜੀ ਕਣਕ ਹੈ ਮਤਲਬ ਪ੍ਰੋਪਰਲੀ ਪੱਕ ਜਾਂਦੀ ਹੈ ਅਤੇ ਫਿਰ ਕਟਾਈ ਸ਼ੁਰੂ ਹੋ ਜਾਂਦੀ ਹੈ। ਅੱਜ ਤੋਂ ਬਾਅਦ 'ਚ ਵਾਹਣ ਵਿਹਲੇ ਰਹਿਣਗੇ ਅਤੇ ਫਿਰ ਨਵੰਬਰ ਜੇ ਬਿਜਾਈ ਕਰ ਦੇਣਗੇ ਆਪਦੀ ਦੁਬਾਰਾ, ਫਿਰ ਸਾਲ 'ਚ ਇੱਕ ਵਾਰੀ ਦੁਬਾਰਾ ਫਿਰ ਉਵੇਂ ਪੱਕ ਜੂਗੀ। ਅਤੇ ਇਹ ਇੱਥੋਂ ਦਾ ਫਸਲਾਂ ਦਾ ਸਿਸਟਮ ਹੈ ਅਤੇ ਮੈਨੂੰ ਲੱਗਦਾ ਬੋਰ ਮੈਨੂੰ ਦੇਖਣ ਨੂੰ ਮਿਲ ਨਹੀਂ ਰਹੇ ਅਤੇ ਜਿਹੜਾ ਮੀਹਾਂ ਦੇ ਪਾਣੀ 'ਤੇ ਨਿਰਭਰ ਹੈ, ਮੀਂਹ ਦਾ ਪਾਣੀ ਆਉਂਦਾ ਹੈਗਾ ਜਾਂ ਫੁਹਾਰਾ ਸਿਸਟਮ ਹੋ ਸਕਦਾ ਫੁਹਾਰੇ ਵਾਲੇ ਸਿਸਟਮ ਦੇ, ਅਤੇ ਵੀ ਉਵੇਂ ਕਣਕ ਦਾ ਚੱਲਦਾ ਹੈਗਾ। ਅਤੇ ਬਾਕੀ ਇਹ ਇਹਨੂੰ ਅੱਗ ਨਹੀਂ ਲਾਉਂਦੇ, ਇਹ ਜਿਹੜਾ ਨਾੜ ਹੈ ਇਹਦੇ 'ਤੇ ਸਾਰਾ ਇਹਨੂੰ ਅਸੀਂ ਵਾਹੁਣਗੇ, ਅਸੀਂ ਵਾਹ ਕੇ ਅਸੀਂ ਉਹ ਕਰ ਦੇਣਗੇ, ਕੋਈ ਅੱਗ ਨਹੀਂ ਲਾਉਣੀ, ਕੋਈ ਪੋਲਿਊਸ਼ਨ ਨਹੀਂ ਕਰਨਾ ਇਹਨਾਂ ਨੇ। ਹੁਣ ਤੁਹਾਨੂੰ ਟਰੈਕਟਰ ਦਿਖਾ ਦਾ ਇਹਨਾਂ ਦੇ, ਟਰੈਕਟਰ ਵੀ ਇਹਨਾਂ ਦੇ ਐਡੇ ਐਡੇ ਆ, ਸੰਦ ਇਹ ਸਾਰੀ ਜੌਂਡੀਅਰ ਦੇ ਰੱਖਦੇ ਆ, ਅਤੇ ਆਪ ਟਰੈਕਟਰ ਟਰਾਲੀ ਸਾਰਾ ਕੁਛ ਕੰਬਾਈਨ ਜੋ ਕੁਛ ਤੁਹਾਨੂੰ ਦਿਖਦਾ ਸਾਰੀ ਜੌਂਡੀਅਰ ਦਾ ਹੈਗਾ। ਅਤੇ ਬਾਕੀ ਇਹ ਹੈ ਜੀ ਟਰੈਕਟਰ ਵੀ ਇਹਨਾਂ ਦੇ ਨਾ ਟਰੱਕਾਂ ਜਿਹੜੇ ਟਰੱਕ ਹੁੰਦੇ ਦੇਖ ਲਓ, ਇਹ ਨਹੀਂ ਪਤਾ ਹੁਣ ਕਿੰਨੇ ਹੌਸ ਪਾਵਰ ਦਾ ਹੋਊਗਾ। ਅਤੇ ਭੈਣੇ ਦੇਖ ਲਓ ਇਕੱਲਾ ਬੰਦਾ ਖੇਤੀ ਸਾਂਭੀ ਜਾਂਦਾ ਹੈ ਨਾ। ਹਾਂਜੀ ਮੈਂ ਇਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਵੀ ਆਹ 300 ਏਕੜਾ ਮੈਂ ਇਕੱਲਾ ਹੀ ਸਾਂਭਦਾ ਵਾ, ਤੇ ਮੈਨੂੰ 5 ਦਿਨ ਹੋ ਗਿਆ ਹਾਂ ਲੱਗੇ ਨੂੰ ਆ ਕਟਾਈ। ਹਾਂ ਮੈਨੂੰ ਵੀ ਦੱਸਦਾ ਸੀ ਕਹਿੰਦਾ ਇਕੱਲੇ ਹੀ ਸਾਂਭੀ ਜਾਣਾ, ਕੋਈ ਬੰਦੇ ਦੀ ਲੋੜ ਨਹੀਂ। ਹਾਂਜੀ ਜਿਹੋ ਜੀ ਵੱਡੀ ਖੇਤੀ ਹੈ। ਹਾਂ ਮੈਂ ਵੀ ਗੱਲ ਕਰਦਾ ਜੀ ਟਰੈਕਟਰ ਸੰਦ ਵੱਡੇ ਇਹਨਾਂ ਦੇ, ਬਸ ਸਾਰਾ ਆਪ ਹੀ ਤਾਂਹੀਓ ਸੌਖੀ ਆ ਖੇਤੀ ਇੰਡੀਆ ਨਾਲੋਂ, ਹੈ ਨਾ। ਅਤੇ ਟਰਾਲੀ ਦੇਖੋ ਇੱਧਰਲੇ ਪਾਸੇ ਆ ਟਰਾਲੀ ਆ ਯਾਰ, ਤੁਹਾਨੂੰ ਮੈਂ ਹੱਥ ਦਿਖਾਊਂਗਾ ਮੇਰੇ ਕਿਹੋ ਜਿਹੇ ਹੋ ਗਏ। ਆਹ ਦੇਖੋ ਟਰਾਲੀ ਵੀ ਪਤਾ ਨਹੀਂ ਕਮਾਲ ਆ ਯਾਰ, ਕੈਨੇਡਾ ਦੀ ਖੇਤੀ ਵੀ ਦੇਖਣੀ ਸੀ ਅੱਜ ਹੁਣ ਅੱਖੀ ਆਪਦੇ ਸਾਰਾ। ਆ ਭੈਣੇ ਮੇਰੇ ਹੱਥ ਦੇਖਿਓ, ਆ ਮੇਰੇ ਹੱਥ ਸਾਰਿਆਂ ਨੂੰ ਦਿਖਾ ਦੇਣਾ, ਇਹੋ ਜਿਹਾ ਹੋ ਗਿਆ, ਸਾਰੇ ਕੱਪੜੇ ਗੰਦੇ ਹੋ ਗਏ ਮੇਰੇ। ਭੈਣੇ ਉਹਦੇ ਕੰਨਾਂ 'ਤੇ ਹੈੱਡਫੋਨ ਚੜ੍ਹੇ ਹੋਏ, ਹਾਂ ਜਦੋਂ ਮੇਰੇ ਨਾਲ ਗੱਲ ਕਰਦਾ ਸੀ ਉਦੋਂ ਉਤਾਰ ਲੈਂਦਾ ਸੀਗਾ, ਨਹੀਂ ਕੰਨਾਂ 'ਤੇ ਹੈੱਡਫੋਨ ਚੜ੍ਹਾ ਕੇ ਰੱਖੇ ਉਹਨੇ। ਹਾਂਜੀ 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 ਸੇਫਟੀ ਮਸਟ। ਚੱਲੀਏ ਹੁਣ ਆਪਾਂ ਖੇਤੀ 'ਚ, ਐਂ ਹੁੰਦਾ ਬਾਈ ਕੰਮ ਕਰ ਸ਼ਕਲਾਂ ਵਿਗੜ ਜਾਂਦੀਆਂ ਸਾਰੇ ਯਾਰ, ਕੰਡ ਹੀ ਕੰਡ ਚੜ੍ਹ ਗਈ ਜਿਵੇਂ ਮੰਨ ਲਓ ਆਪਣੇ ਨਹੀਂ ਕੰਡ ਹੁੰਦੀ ਕਰ ਪੈਰਾਂ 'ਚ ਇੱਥੇ, ਪਰ ਕਰਚੇ ਸੋਫਟ ਹੈ, ਕਰਚੇ ਆਪਣੇ ਜਿਹੜੇ ਤਿੱਖੇ ਨਹੀਂ ਹੈਗੇ, ਪਤਾ ਨਹੀਂ ਇਹਨਾਂ ਦਾ ਨਾੜ ਹੀ ਸੋਫਟ ਹੈ ਜਿਹੜਾ, ਹੈ ਨਾ, ਅਤੇ ਤਾਂ ਕਰਕੇ ਵੀ ਹੈ, ਪਰ ਸਾਰਾ ਪੈਰਾਂ 'ਤੇ ਜਰਾਬਾਂ 'ਚ ਲੜ ਰਹੀ ਹੈ ਅਤੇ ਸ਼ਰਟ 'ਚ ਸਾਰੇ 'ਚ ਲੜੀ ਜਾਂਦੀ। ਆਹ ਦੇਖੋ ਹੱਥ ਦੇਖੋ, ਅਤੇ ਹੁਣ ਅਸੀਂ ਤੁਹਾਨੂੰ ਦਿਖਾ ਕੇ ਲਿਆਉਂਦੇ ਇਹਦੂ ਬਾਅਦ 'ਚੋਂ ਕਣਕ ਕੱਟਣ ਤੋਂ ਬਾਅਦ ਜਿਹੜਾ ਆਹ ਹੈਗਾ ਸੀਗਾ, ਇਹ ਉਹਨੇ ਮੈਨੂੰ ਦੱਸਿਆ ਕਹਿੰਦਾ ਇਹਨੂੰ ਅਸੀਂ ਪਰਾਲੀ ਜਿਵੇਂ ਬਣਾਉਂਦੇ ਹਾਂ ਉਹਦੀਆਂ ਵੀ ਗੰਢਾਂ ਬਣਾਉਂਦੇ ਆ, ਮੈਨੂੰ ਅਸੀਂ ਕਿਤੇ ਅਸੀਂ ਵਾਹ ਦਿੰਦੇ ਆ ਸਾਰਾ ਵਿੱਚ ਹੀ, ਪਰ ਤੂੜੀ ਦੀ ਤਰ੍ਹਾਂ ਇਹ ਕੀ ਸਾਂਭਦੇ ਜਿਵੇਂ ਆਪਾਂ ਤੂੜੀ ਸਾਂਭਦੇ ਹਾਂ ਉਹ ਦਿਖਾਉਣ। ਆਹ ਚੀਜ਼ਾਂ ਬਣਾਉਂਦੇ, ਅੱਛਾ ਇਹ ਆ ਗਈਆਂ ਸਾਹਮਣੇ ਜੀ, ਕਮਾਲ ਹੋ ਗਈ। ਇਹ ਚੀਜ਼ਾਂ ਆਪਾਂ ਜਦੋਂ ਨਿੱਕੇ ਹੁੰਦੇ ਸੀ ਨਾ ਵਾਲਪੇਪਰਾਂ ਤੇ ਦੇਖਦੇ ਹੁੰਦੇ ਸੀ ਵੀ ਕੈਨੇਡਾ ਤੇ ਅਮਰੀਕਾ 'ਚ ਇਸ ਤਰ੍ਹਾਂ ਬਣਾਉਂਦੇ ਆ। ਹਾਂਜੀ ਆਪਣੇ ਤਾਂ ਉੱਥੇ ਬਣਾਉਂਦੇ ਆ ਪਰਾਲੀ ਦੀਆਂ ਗੰਢਾਂ, ਪਰ ਛੋਟੀਆਂ ਹੁੰਦੀਆਂ, ਇਹ ਮਤਲਬ ਉਸੇ ਦਾ ਵੱਡਾ ਰੂਪ ਆ, ਬਹੁਤ ਸਫਾਈ ਨਾਲ ਕੀਤੀ ਆ। ਹਾਂਜੀ ਦੇਖਿਆ ਨਹੀਂ, ਵਡਾਈ ਤੋਂ ਬਾਅਦ ਇਹਦੇ ਤੇ ਬੇਲਰ ਚਲਾਉਂਦੇ ਆ ਜੀ, ਇਹਨਾਂ ਨੂੰ ਬੇਲਸ ਕਹਿੰਦੇ ਆ। ਕਿਹਨੂੰ ਪੈਣੇ ਬੇਲਰਸ, ਕਾਤੇ ਚਲਾਉਂਦੇ ਆ ਮਤਲਬ? ਬੇਲਰ ਜਿਹੜਾ ਬਣਾਉਂਦਾ ਆ ਉਹਨੂੰ ਬੇਲਰ ਕਹਿੰਦੇ ਆ। ਅੱਛਾ ਜਿਹੜਾ ਬਣਾਉਂਦਾ ਹੈ ਮਸ਼ੀਨ ਉਹਨੂੰ ਬੇਲਰ ਕਹਿੰਦੇ ਆ। ਬੇਲਰ ਕਹਿੰਦੇ ਆ। ਹਾਂਜੀ ਠੀਕ ਆ। ਤੇ ਇਹ ਜਿਵੇਂ ਪਰਾਲੀ ਦੀਆਂ ਬਣਾਈਆਂ ਵਾ, ਐਵੇਂ ਜਿਵੇਂ ਆਪਣੇ ਚਾਰਾ ਹੁੰਦਾ ਉਹਦੀਆਂ ਬਣਾਉਂਦੇ, ਇਹਨਾਂ ਨੂੰ ਹੇ ਕਹਿੰਦੇ ਆ। ਹਾਂਜੀ ਫਿਰ ਉਹ ਐਦਾਂ ਸੇਲ ਵੀ ਕਰ ਦਿੰਦੇ ਆ, ਜਿਨ੍ਹਾਂ ਦੇ ਜਾਨਵਰ ਰੱਖੇ ਆ ਉਹ ਲੈ ਜਾਂਦੇ ਆ। ਆਪਣੇ ਵੀ ਭੈਣੇ ਇੰਡੀਆ 'ਚ ਸੇਲ ਕਰਦੇ ਆ? ਆਪਣੇ ਵੀ ਕਰਦੇ, ਇੱਥੇ ਵੀ ਸੇਲ ਕਰ, ਇੱਥੇ ਕਾਹਦੇ ਕੰਮ ਲਈ ਮਤਲਬ, ਪਸ਼ੂਆਂ ਨੂੰ ਪਾਉਣ ਲਈ ਵਰਤਦੇ? ਇਹ ਹੁੰਦੀ ਆ ਤਾਂ ਪਸ਼ੂਆਂ ਨੂੰ ਪਾਉਣ ਲਈ, ਇਹ ਵੀ ਜਿਵੇਂ ਪਸ਼ੂਆਂ ਦੇ ਨੀਚੇ ਜਿਵੇਂ ਇੱਥੇ ਆਪਾਂ ਬਾਅਦ 'ਚ ਦੇਖਾਂਗੇ ਫਾਰਮ ਆ। ਹਾਂਜੀ ਉੱਥੇ ਪਸ਼ੂਆਂ ਨੂੰ ਪਾਉਂਦੇ ਆ ਜਾਂ ਫੈਕਟਰੀਜ਼ ਵਗੈਰਾ 'ਚ। ਅੱਛਾ ਇਦੋਂ ਬਾਅਦ ਹੁਣ ਆਪਾਂ ਇੱਕ ਫਾਰਮ 'ਚ ਜਾਣਾ ਹੈਗਾ? ਠੀਕ ਆ, ਜਾਂ ਫੈਕਟਰੀਆਂ 'ਚ ਮੈਨੂੰ ਲੱਗਦਾ ਗੱਤਾ ਗੁੱਤਾ ਜਾਂ ਬਣਾਉਣ ਦੇ ਉਹਦੇ ਵੀ ਕੰਮ ਆਉਂਦੀਆਂ, ਹੈ ਨਾ। ਹਾਂਜੀ ਇੱਥੇ ਤਾਂ ਮੋਸਟਲੀ ਘਰ ਵੀ ਲੱਕੜ ਦੇ ਉਵੇਂ ਚੀਜ਼ਾਂ, ਉਹ ਯਾਰ ਇਹ ਤਾਂ ਇੱਕ ਉਹਦੇ 'ਚ ਵੀ ਨਹੀਂ ਆ ਸਕਦੀ, ਮੈਨੂੰ ਲੱਗਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਜੱਫਾ ਲਾ ਜੱਫਾ ਭਰਨਾ ਹੋਵੇ ਉਹ 'ਚ ਵੀ ਨਹੀਂ ਆ ਸਕਦੀ, ਬਾਹਲੀ ਵੱਡੀ ਆ, ਹੈ ਨਾ। ਕੈਮਰੇ 'ਚ ਤਾਂ ਮੈਨੂੰ ਲੱਗਦਾ ਐਡੀ ਦਿਖ ਵੀ ਨਹੀਂ ਰਹੀ,
ਐਡੀਆਂ ਐਡੀਆਂ ਵੱਡੀਆਂ ਵੱਡੀ ਖੇਤੀ ਵੱਡੀਆਂ ਗੱਲਾਂ। ਹਾਂਜੀ, ਜਿੰਨਾ ਵੀ ਇਲਾਕਾ ਇਹ ਕੈਲਗਰੀ ਤੋਂ ਐਡਮਿੰਟਨ ਵੱਲ ਨੂੰ ਹੈ ਨਾ, ਅਲਬਰਟਾ ਸਟੇਟ 'ਚ ਜਾਂ ਫਿਰ ਜਿਹੜੀ ਇਹਦੇ ਨਾਲ ਲੱਗਦੀ ਸਟੇਟ ਹੈ ਸਸਕੈਚਵਨ, ਉਦੋਂ ਅੱਗੇ ਵਿਨੀਪੈਗ, ਸਾਰਾ ਕਹਿੰਦੇ ਪੱਧਰਾ ਹੀ ਹੈ ਇਹ। ਇਸੇ ਤਰ੍ਹਾਂ ਪਹਾੜੀਆਂ ਜਿਹੜੀਆਂ ਕਹਿੰਦੀਆਂ ਉਹ BC 'ਚ ਹੀ ਨਹੀਂ ਹੈਗੀਆਂ ਜ਼ਿਆਦਾ ਤੋਂ ਜ਼ਿਆਦਾ, ਅਤੇ ਜਾਂ ਹਰਾ ਭਰਾ ਜੰਗਲ, ਤਾਂ ਇਸੇ ਕਰਕੇ BC ਨੂੰ ਸੋਹਣਾ ਮੰਨਿਆ ਜਾਂਦਾ। ਇਹ ਖੁਸ਼ਕ ਜਿਹੇ ਇਲਾਕੇ ਆ ਸਾਰੇ, ਮਤਲਬ ਪਹਾੜ ਨਹੀਂ ਇੱਥੇ ਤੁਹਾਨੂੰ ਮਿਲਣਗੇ, ਦੂਰ ਦੂਰ ਦੇਖਦੇ ਆ, ਪਰ ਉੱਚੇ ਉੱਚੀ ਨੀਵੀਂ ਧਰਤੀ ਹੈ ਸਾਰੀ। ਅਤੇ ਸਾਰੇ ਮੋਸਟਲੀ ਅਲਬਰਟਾ 'ਚ ਤਾਂ ਮੋਸਟਲੀ ਕਹਿੰਦੇ ਜਿਹੜੀ ਖੇਤੀ ਆ ਉਹ ਆਹੀ ਹੁੰਦੀ ਹੈ ਜਿੰਨੀ ਤੁਹਾਨੂੰ ਦਿਖਾ ਰਹੇ ਹਾਂ, ਅਤੇ ਇਹਦੇ 'ਚ ਇਕੱਲੇ ਗੋਰਿਆਂ ਦੇ ਫਾਰਮ ਨਹੀਂ, ਆਪਾਂ ਤਾਂ ਗੋਰਿਆਂ ਦੇ 'ਚ ਆਏ ਹਾਂ, ਪੰਜਾਬੀਆਂ ਦੇ ਵੀ ਇੱਥੇ ਫਾਰਮ ਆ, ਪੰਜਾਬੀ ਖੇਤੀ ਕਰਦੇ ਆਪਣੇ ਬੰਦਿਆਂ ਕੋਲ, 500-700 ਕਿੱਲਾ ਹੈਗਾ, ਮਤਲਬ ਕਣਕ ਦੀ ਖੇਤੀ ਹੈਗੀ ਹੈਗੀ। ਪਰ ਜ਼ਿਆਦਾਤਰ ਜਿਹੜੇ ਲੋਕ ਇੰਟਰਸਟਿੰਗ ਖੇਤੀ 'ਚ ਹੈ ਨਾ, ਉਹ BC 'ਚ ਹੈ ਜ਼ਿਆਦਾ, ਕਿਉਂਕਿ ਉੱਥੇ ਮੌਸਮ ਲਾ ਲਓ ਵਧੀਆ ਜਾਂ ਹੋਰ ਪੌਣ ਪਾਣੀ ਆਲਾ ਦੁਆਲਾ ਵਧੀਆ ਹੈ ਨਾ। ਇੱਧਰ ਤੁਹਾਨੂੰ ਪਤਾ ਵੈਦਰ ਦਾ, ਫਿਰ ਗਰਮੀ ਵੀ ਪੁੱਜ ਕੇ ਜਿਵੇਂ ਹੁਣ ਸੂਰਜ ਧੁੱਕੀ ਕੱਢੀ ਰੱਖਦਾ, ਅਤੇ ਸਰਦੀਆਂ 'ਚ ਫਿਰ ਬਰਫ਼ ਵੀ ਪੁੱਜ ਕੇ। ਆਹ ਸਾਹਮਣੇ ਵਾਲੇ ਪਾਸੇ ਖੇਤਾਂ 'ਚ ਇਹਨਾਂ ਨੇ ਸਟੋਰ ਹੈ, ਮਤਲਬ ਜਿਹੜੀ ਕਣਕ ਜ ਵੱਢ ਲਈ ਹੁਣ, ਜਿਵੇਂ ਤੁਹਾਨੂੰ ਦੱਸਿਆ ਸੀ ਮੰਡੀ 'ਚ ਤਾਂ ਵੇਚਣੀ ਨਹੀਂ ਇਹਨਾਂ ਨੇ, ਸਟੋਰ ਹੁੰਦੀ ਹੈ। ਸਟੋਰ ਕਿਵੇਂ ਹੁੰਦੀ ਹੈ, ਜਿਵੇਂ ਆਪਣੇ ਘਰਾਂ 'ਚ ਦਾਣੇ ਵਾਲੇ ਢੋਲ ਹੁੰਦੇ ਆ ਨਾ, ਅਤੇ ਇੱਥੇ ਇਹੋ ਜਿਹੇ ਢੋਲ ਹੈ, ਇਹ ਖੇਤਾਂ 'ਚ ਢੋਲ ਪਏ ਹੁੰਦੇ, ਕੋਈ ਚੋਰੀ ਨਹੀਂ ਕਰਦਾ, ਕੁਛ ਨਹੀਂ ਕਰਦਾ। ਇੱਥੇ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ, ਪਹਿਲਾਂ ਤੁਹਾਨੂੰ ਆਹ ਥੱਲੇ ਦਿਖਾ ਦਾਂ, ਆਹ ਸਾਰੀ ਸਰੋਂ ਹੈ ਜੀ ਜਿੰਨੀ ਤੁਸੀਂ ਦੇਖ ਰਹੇ ਹੋ, ਜਮਾਂ ਯਾਰ ਜਿਵੇਂ ਪੰਜਾਬ ਹੈ, ਪੰਜਾਬ 'ਚ ਅਪ੍ਰੈਲ ਦਾ ਮਹੀਨਾ ਹੁੰਦਾ ਆਪਣੇ, ਉਦੋਂ ਮਾਰਚ ਅਪ੍ਰੈਲ 'ਚ ਸਰੋਂਆਂ ਪੱਕਦੀਆਂ, ਕਣਕਾਂ ਪੱਕਦੀਆਂ, ਉਹੀ ਚੀਜ਼ ਹੂ ਬਹੂ ਇੱਥੇ ਹੁਣ ਦੇਖਣ ਨੂੰ ਮਿਲ ਰਹੀ ਹੈਗੀ। ਦੋ ਤਰ੍ਹਾਂ ਦੀ ਸਟੋਰੀ ਹੁੰਦੀ ਹੈ ਇਹਨਾਂ ਦੇ, ਇੱਕ ਤਾਂ ਇਹ ਹੈ ਤੁਹਾਨੂੰ ਦਿਖਾਉਂਦਾ, ਆਹ ਬੱਲੀਆਂ ਦੇਖੋ ਕਣਕ ਦੀਆਂ ਆ ਗਈਆਂ, ਹਜੇ ਪੱਕੀ ਨਹੀਂ, ਚੰਗੀ ਤਰ੍ਹਾਂ ਦੇਖੋ, ਥੋੜ੍ਹੀ ਥੋੜ੍ਹੀ ਹਰੀ ਵੀ ਖੜੀ ਹੈਗੀ, ਅਤੇ ਇਹ ਸਰੋਂ ਵੀ ਵੱਢਣੀ ਸ਼ੁਰੂ ਕਰ ਦੇਣੀ ਇਹਨਾਂ ਨੇ, ਸਰੋਂ ਵੀ ਸਾਂਭ ਲੈਣੀ ਹੈ। ਮੈਨੂੰ ਤਾਂ ਐਂ ਸੀ ਕਿਤੇ ਜਿਹੜੀ ਮਤਲਬ ਬਾਗਬਾਨੀ ਆ, ਕਦੇ ਉਹਦਾ ਔਖਾ, ਉਹਦੀ ਫਸਲ ਨਹੀਂ ਵਿਕਦੀ, ਕਣਕ ਵੀ ਨਹੀਂ ਵਿਕਦੀ ਇੱਥੇ ਕਹਿੰਦੇ। ਕਿੱਡੇ ਕਿੱਡੇ ਢੋਲ ਆ ਯਾਰ, ਮੈਨੂੰ ਤਾਂ ਐਂ ਲੱਗੀ ਜਾਂਦਾ ਵੀ ਆਪਣੇ ਸਾਰੇ ਪਿੰਡ ਦੀ ਕਣਕ ਪੈ ਜੇ, ਇੰਨੇ ਇੰਨੇ ਵੱਡੇ ਆ ਇਹ, ਕਿਆ ਬਾਤ ਹੈ। ਇਹ ਢੋਲਾਂ ਦਾ ਵੀ ਮੈਨੂੰ ਐਂ ਲੱਗਦਾ ਵੀ ਜਿਹੜੀ ਕਾੜ ਆਈ ਹੈ ਨਾ ਢੋਲਾਂ ਦੀ, ਆਪਣੇ ਤਾਂ ਪਹਿਲਾਂ ਭੜੋਲੇ ਹੁੰਦੇ ਸੀ ਕਹਿੰਦੇ, ਭੜੋਲਿਆਂ 'ਚ ਮਿੱਟੀ ਦੇ ਬਣਾ ਕੇ ਉਹ 'ਚ ਹੁੰਦੇ ਸੀ ਹੈ ਨਾ, ਰੱਖਦੇ ਹੁੰਦੇ ਸੀ, ਸਾਂਭਦੇ ਸੀ ਆਪਦੇ ਦਾਣਾ ਫੱਕਾ। ਇਹ ਵੀ ਕਾਢ ਇਹਨਾਂ ਦੀ ਹੈ, ਸਾਰੀਆਂ ਚੀਜ਼ਾਂ ਇੱਧਰੋਂ ਹੀ ਗਈਆਂ ਪਹਿਲਾਂ ਇਹਨਾਂ ਕੋਲੋਂ ਪਾਸ, ਉਹ ਫਿਰ ਆ ਹੌਲੀ ਹੌਲੀ ਆਪਣੇ ਆ ਗਈਆਂ ਉਹ ਚੀਜ਼ਾਂ ਸਾਰੀਆਂ। ਜਿੰਦੇ ਲਾਏ ਹੋਏ ਆ ਵੈਸੇ ਇਹਨਾਂ ਨੂੰ, ਇਹਨਾਂ ਨੇ ਸਾਰਿਆਂ ਨੇ, ਆਹ ਦੇਖੋ ਇੱਥੇ ਲੋਕ ਆ, ਸ਼ਾਇਦ ਜਦੋਂ ਵੇਚਦੇ ਹੋਣਗੇ ਨਾ ਉਦੋਂ ਵੀ ਇਹ ਪ੍ਰੋਪਰਲੀ ਟਾਈ ਅਪ ਕਰਕੇ ਟਰਾਲਿਆਂ ਟਰੂਲਿਆਂ 'ਚ ਇਕੱਠੀ ਸਿੱਟ ਦਿੰਦੇ ਹੋਣਗੇ। ਆ ਪਿਛਲੇ ਪਾਸੇ ਘਰ ਵੀ ਨੇ ਆਪਣੇ ਲੋਕਾਂ ਦੇ, ਕਿਸਾਨਾਂ ਦੀ ਹੋਣਗੇ ਸ਼ਾਇਦ, ਜਿਨ੍ਹਾਂ ਦਾ ਫਾਰਮ ਹੈ। 500-500 ਕਿੱਲੇ ਦੀ, ਇੰਨੇ ਕਿੱਲੇ ਦੀ ਖੇਤੀ, ਇਹ ਲਿਆ ਕੇ ਰੱਖੇ ਕਿਵੇਂ ਹੋਣਗੇ ਤੁਸੀਂ ਇਹਦਾ ਵੀ ਅੰਦਾਜ਼ਾ ਲਓ ਵੀ ਕਿਵੇਂ ਲਿਆ ਕੇ ਰੱਖੇ ਹੋਣਗੇ। ਇਹ ਕਮਾਲ ਆ, ਆਪਣੇ ਸਮਝ ਤੋਂ ਸੱਚੀ ਬਾਹਰ ਦੀਆਂ ਸਮਝਦੀਆਂ ਗੱਲਾਂ ਨੇ ਇਹ। ਜਿਹੜੀ ਨਾ ਇਹਨਾਂ ਦੀ ਕਣਕ ਹੈ ਉਹ ਵੀ ਐਡੀ ਐਡੀ ਕੀ ਹੁੰਦੀ ਹੈ, ਕੋਈ ਬਹੁਤੀ ਲੰਬੀ ਨਹੀਂ ਹੈਗੀ ਆਪਣੇ ਮੁਕਾਬਲੇ, ਇਹ ਪਤਾ ਨਹੀਂ ਕੀ ਚੱਕਰ ਹੈਗੀ। ਅਤੇ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾ ਦਾਂ ਥੋੜ੍ਹੀ ਜੀ, ਜਾਂ ਤੁਹਾਨੂੰ ਐਂ ਦਿਖਾ ਦੇਣਾ, ਤੁਸੀਂ ਦੇਖੋ 1-2-2.5 ਗਿੱਠ ਤੋਂ ਇਹਦੀ ਵੱਧ ਨਹੀਂ, ਆਪਣੇ ਹੁੰਦੀ ਆ ਹਾਈਟ ਇੰਨੀ, ਲੱਕ ਲੱਕ ਤੱਕ ਆਪਣੇ ਕਣਕ ਇੰਨੀ ਹੁੰਦੀ ਆ, ਇੰਨੀ ਮੋਸਟਲੀ ਇੱਥੇ ਤੁਸੀਂ ਦੇਖ ਲਓ, ਲੈ ਇੰਨੀ ਛੋਟੀ ਆ, ਇੰਨੀ ਕਣਕ ਹੁੰਦੀ ਆ ਆਪਣੇ ਅੱਧ 'ਚ ਗੋਡਿਆਂ ਤੱਕ। ਇਹ ਪਤਾ ਨਹੀਂ ਕੁਦਰਤੀ ਹੈ ਵੀ ਇਹਨਾਂ 'ਤੇ ਰੇਹਾਂ ਸਪਰੇਹਾਂ ਘੱਟ ਕਰਦੇ ਹੋਣਗੇ, ਜਾਂ ਜਿਹੜਾ ਪਾਣੀ ਆ ਉਹ ਨਹੀਂ ਲਾਉਂਦੇ ਟਾਈਮ ਸਿਰ, ਕੁਦਰਤੀ ਪਾਣੀ ਮਿਲਦਾ ਇਹਨੂੰ ਜਿੰਨਾ ਮਿਲਦਾ। ਤੁਹਾਨੂੰ ਦਿਖਾ ਦੇਣਾ ਮੈਂ ਪੱਟ ਕੇ ਇੱਕ ਅੱਧੀ ਬੱਲੀ,
ਇੰਨੀ ਕੁ ਹੈ ਜੀ, ਇੰਨੀ ਸੀ ਲੈ ਬਸ, ਐਡੀਆਂ ਐਡੀਆਂ ਬੱਲੀਆਂ। ਆਹ ਬੱਲੀਆਂ ਵੀ ਆਪਣੇ ਤਾਂ ਕਿੱਡੀਆਂ ਕਿੱਡੀਆਂ ਲੱਗਦੀਆਂ ਇੱਥੇ, ਆਹ ਦੇਖਿਓ ਬੱਲੀ ਕਿੱਡੀ ਆ, ਜਮੀ ਛੋਟੀ ਜਿਹੀ ਬੱਲੀ ਹੁੰਦੀ ਹੈ ਇੰਨੀ ਕੁ। ਇਹ 'ਚੋਂ ਦਾਣੇ ਵੀ ਮਤਲਬ ਘੱਟ ਨਿਕਲਦੇ ਹੋਣਗੇ ਫਿਰ ਉਸ ਹਿਸਾਬ ਨਾਲ। ਹੁਣ ਇਹਦਾ ਪਤਾ ਨਹੀਂ ਹੈਗਾ ਵੀ ਕਿਹੜੀ ਕੁਆਲਿਟੀ ਕਿਹੜੀ ਹੈਗੀ ਇਹ। ਆਹ ਸਾਹਮਣੇ ਦੇਖੋ ਜੀ, ਖੇਤਾਂ ਦੇ ਵਿੱਚ ਗੋਰਿਆਂ ਦੀ ਪੁਰਾਣੀ ਕੰਬਾਈਨ ਖੜੀ, ਕੰਬਾਈਨ ਹੀ ਲੱਗਦੀ ਹੈ ਮੈਨੂੰ। ਆਹ ਜਿਵੇਂ ਇਹਦਾ ਕਟਰਵਾਲ ਹੁੰਦਾ ਹੈਗਾ ਅਤੇ ਪਿਛਲੇ ਪਾਸੇ ਇਹਦੇ ਟਰੈਕਟਰ ਹੋਣਾ। ਇਹ ਦੇਖੋ ਇਹ ਖੇਤਾਂ ਦੇ ਵਿੱਚ ਤੁਹਾਨੂੰ ਐਵੇਂ ਖੜੀਆਂ ਇੱਥੇ ਚੀਜ਼ਾਂ ਆਮ ਹੀ ਮਿਲ ਜਾਣਗੀਆਂ। ਜਦੋਂ ਨਾ ਤੁਸੀਂ ਕੈਲਗਰੀ ਤੋਂ ਐਡਮਿੰਟਨ ਨੂੰ ਜਾਣਾ, ਇਹ ਸਾਰਾ ਕੁਛ ਐਵੇਂ ਹੈ। ਇਹ ਇੱਥੇ ਆਮ ਤੁਹਾਨੂੰ ਅਸੀਂ ਪਤਾ ਨਹੀਂ ਅੱਜ ਕਿੰਨੇ ਕੁ ਟਰੈਕਟਰ ਦੇਖ ਲਏ, ਕੋਈ 50-60 ਟਰੈਕਟਰ ਦੇਖ ਲਏ ਖੜ੍ਹੇ। ਇਹ ਆਹ ਕੰਪਨੀਆਂ ਦੀ ਵਰਸਲੈਟ ਕੁਛ ਕਰਕੇ, ਅਤੇ ਇਹਦੇ ਆਹ ਟਾਇਰ ਸ਼ਾਇਦ ਟੁੱਟਿਆ ਹੋਇਆ ਇੱਕ, ਆਹ ਮੂਹਰਲਾ ਪਾਸਾ ਐਂ ਨਹੀਂ ਪਤਾ ਨਾ ਹੀ ਹੋਵੇ। ਆਹ ਟਾਇਰ ਤਾਂ ਜਮੀ ਨਵਾਂ ਪਿਆ, ਤੁਸੀਂ ਦੇਖੋ ਜਹਾਜ਼ਾਂ ਦੇ ਟਾਇਰਾਂ ਵਰਗੇ ਟਾਇਰ ਨੇ, ਅਤੇ ਦੇਖੋ ਆਹ ਪਾਸਾ ਜਮੀ ਨਵਾਂ ਪਿਆ। ਅਤੇ ਪੂਰਾ ਇਹ ਟਰੈਕਟਰ ਹੈ, ਕੰਬਾਈਨ ਹੋਊ ਟਾਈਮ ਦੀ ਜਾਂ ਦਾਣੇ ਕੱਟਣ ਵਾਲਾ ਹੋਊ ਪੁਰਾਣੇ ਟਾਈਮ ਦਾ ਹੋਊਗਾ। ਅਤੇ ਇੱਧਰ ਤੁਹਾਨੂੰ ਦਿਖਦਾ ਹੋਣਾ ਦੇਖੋ, ਇੰਜਣ ਉਂਜਣ ਵੀ ਵਧੀਆ ਪਿਆ ਹੈਗਾ ਜਮਾਂ। ਇੱਥੇ ਤਾਂ ਲੱਗਦੀ ਨਹੀਂ ਯਾਰ ਵੀ ਇਹ ਜਮਾਂ ਪੁਰਾਣਾ ਹੈਗਾ, ਹੈ ਵੀ ਇੰਨੇ ਟਾਈਮ ਦਾ ਐਂ ਖੜ੍ਹਾ ਹੋਊਗਾ। ਅਤੇ ਆਹ ਚੀਜ਼ਾਂ ਇੱਥੇ ਕੋਈ ਨਾ ਕੋਈ ਛੇੜੇ ਇਹਨਾਂ ਨੂੰ ਖੇਤਾਂ 'ਚ, ਇਹਨਾਂ ਦਾ ਨਾ ਐਂ ਖੜ੍ਹੇ ਹੋਣ ਦਾ ਕਾਰਨ ਪਤਾ ਕੀ ਹੈ? ਖੇਤਾਂ ਦੇ ਵਿੱਚ ਜਿਹੜੇ ਤੁਹਾਨੂੰ ਦੱਸਿਆ ਐਂ ਖੜ੍ਹੇ ਮਿਲ ਜਾਣਗੇ, ਕਿਉਂਕਿ ਇਹ ਜਿਹੜੇ ਲੋਕ ਹੈ ਨਾ ਗੋਰੇ, ਇਹ ਚੀਜ਼ਾਂ ਨੂੰ ਵੇਚਦੇ ਹੀ ਨਹੀਂ ਹੈਗੇ। ਮਤਲਬ ਆਪਣੇ ਤਾਂ ਜਿਵੇਂ ਆਪਾਂ ਚੀਜ਼ਾਂ ਵੇਚ ਦਿੰਦੇ ਵੀ ਆਹ ਕੁਆੜ ਹੋ ਗਿਆ ਯਾਰ, ਇਹਨੂੰ ਸਿੱਟ ਦਿਓ, ਇਹਨੂੰ ਵੇਚ ਦਿਓ। ਇਹਨਾਂ 'ਚ ਇਹ ਹੁੰਦਾ ਵੀ ਇਹਨੂੰ ਰਿਟਾਇਰ ਕਰ ਦਿੰਦੇ ਨੇ, ਇਹਨੂੰ ਹੁਣ ਖੇਤ 'ਚ ਇੱਥੇ ਖੜ੍ਹਾ ਤਾ, ਇਹ ਇੱਥੇ ਰਿਟਾਇਰ ਹੋ ਗਿਆ। ਮੰਨ ਲਓ ਜਾਂ ਤਾਂ ਖਰਾਬ ਹੋ ਗਿਆ ਕੰਮ, ਚੱਲਦਾ ਚੱਲਦਾ ਹੈ ਨਾ ਖੜ੍ਹ ਗਿਆ। ਅਤੇ ਐਂ ਨਹੀਂ ਪਤਾ ਇਹਨਾਂ ਦੇ ਪਿਤਾ ਦਾ ਹੋਵੇ ਜਾਂ ਦਾਦੇ ਦਾ ਹੋਵੇ, ਯਾਦ ਰੂਪ 'ਚ ਵੀ ਸਾਡੇ ਦਾਦੇ ਦੀ ਯਾਦ ਆ ਜਾਂ ਪਿਓ ਦੀ ਯਾਦ ਆ, ਇਹੀ ਕਾਰਨ ਹੋ ਸਕਦਾ ਤਾਂ ਹੀ ਇੰਨੇ ਖੜ੍ਹੇ ਆ ਇਹ। ਅਤੇ ਥਾਂ ਥਾਂ ਤੁਹਾਨੂੰ ਜਦੋਂ ਹੀ ਥੋੜ੍ਹਾ ਜਿਹਾ ਚੱਲੋਗੇ, ਥੋੜ੍ਹਾ ਜਿਹਾ ਚੱਲੋਗੇ, ਤੁਹਾਨੂੰ ਕਿਤੇ ਹਲ ਪਏ ਮਿਲ ਜਾਣਗੇ ਪੁਰਾਣੇ, ਕਿਤੇ ਤਵੀਆਂ ਪਈਆਂ, ਕਿਤੇ ਟਰੈਕਟਰ ਪਿਆ। ਅਤੇ ਆਪਣੇ ਤਾਂ ਲੋਹਾ ਜਿਹੜਾ ਆਪਣੇ ਆਪਾਂ ਵੇਚ ਕੇ ਕੰਮ ਲੈ ਲੈਂਦੇ ਵੀ 4 ਪੈਸੇ ਵੱਟ ਲਓ ਯਾਰ। ਕੋਈ ਕੋਈ ਤਾਂ ਵਧੀਆ ਖੇਤੀ ਕਰਦਾ, ਕਿਸੇ ਕਿਸੇ ਦਾ ਹੀ ਪਿਆ ਦੇਖ ਲਓ। ਆਹ ਜਮੀ ਉਜਾੜ ਪਿਆ ਸੀਗਾ ਘਾਹ ਫੂਸ ਜਿੱਥੇ ਮੈਂ ਤੁਰ ਕੇ ਆਇਆ, ਹੁਣ ਪੰਗੇ ਲੈਣੋਂ ਮੈਂ ਵੀ ਹਟਦਾ ਨਹੀਂ ਹੈਗਾ, ਕੁਛ ਨਾ ਕੁਛ ਨਜ਼ਰ ਪੈਂਦਾ ਹੁੰਦਾ ਵੀ ਦਿਖਾਈਏ। ਉਹ ਖੜੀ ਆ ਸਾਡੀ ਗੱਡੀ ਇੰਨੀ ਦੂਰ, ਸੜਕ ਤੋਂ ਇੰਨੀ ਦੂਰ ਆਇਆ ਸੀ, ਐਵੇਂ ਹੁੰਦਾ ਕੋਈ ਸੱਪ ਸੁੱਪ ਨਾਲ ਲੜ ਜੇ। ਪਰ ਸੱਪ ਤਾਂ ਇੱਥੇ ਹੁੰਦੇ ਨਹੀਂ ਕੈਨੇਡਾ 'ਚ, ਅਮਰੀਕਾ 'ਚ ਤਾਂ ਹੈਗੇ ਸੱਪ ਮੈਨੂੰ ਲੱਗਦਾ, ਕੈਨੇਡਾ 'ਚ ਤਾਂ ਠੰਡ ਪੈਂਦੀ ਹੈ ਨਾ, ਠੰਡੇ ਥਾਂ 'ਤੇ ਸੱਪ ਰਹਿੰਦਾ ਨਹੀਂ ਹੈਗਾ, ਜਾਂ ਹੋਰ ਕੋਈ ਜਾਨਵਰ ਨਾ ਹੁੰਦਾ ਹੋਵੇ। ਪਰ ਐਂ ਇੱਧਰਲੇ ਆ ਚੀਜ਼ਾਂ ਦੇਖ ਕੇ ਨਾ, ਅੱਜ ਜਿਵੇਂ ਸ਼ਹਿਰ ਤੋਂ ਹਟ ਕੇ ਆਇਆ ਥੋੜ੍ਹਾ ਜਿਹਾ, ਮਤਲਬ ਵਧੀਆ ਬਹੁਤ ਲੱਗਦਾ ਪੰਜਾਬ ਨਾਲ ਆਪਣੇ ਸੰਬੰਧਿਤ ਚੀਜ਼ਾਂ, ਉਹੀ ਕੁਛ ਆ ਹੈ ਨਾ। ਜਿੱਥੇ ਤੱਕ ਨਿਗਾਹ ਜਾਂਦੀ ਯਾਰ ਧਰਤੀ ਖਾਲੀ ਪਈ ਹੈ, ਕੋਈ ਬਾਹਲੇ ਦਰਖਤ ਨਹੀਂ ਹੁੰਦੇ। ਜਿੱਥੇ ਕੋਈ ਰਹਿੰਦਾ ਹੁੰਦਾ ਫਾਰਮ 'ਚ, ਉੱਥੇ ਮਾੜੇ ਮੋਟੇ ਦਰਖਤ ਹੁੰਦੇ ਨੇ, ਨਹੀਂ ਸਾਰੀ ਧਰਤੀ ਹੈ ਥੋੜ੍ਹੀ ਉੱਚੀ ਥੋੜ੍ਹੀ ਨੀਵੀਂ, ਖਾਲੀ ਦੀ ਖਾਲੀ। ਕੈਲਗਰੀ ਦੀ ਜਿਹੜੀ ਸਾਈਡ ਅਸੀਂ ਅੱਜ ਘੁੰਮ ਰਹੇ ਹਾਂ ਨਾ, ਇਹ ਸਾਊਥ ਵੈਸਟ ਹੈ ਅਤੇ ਅਮਰੀਕਾ ਵਾਲਾ ਪਾਸਾ ਹੈਗਾ, ਮਤਲਬ ਸਾਊਥ ਵੱਲ ਨੂੰ। ਹੇਠਾਂ ਤੁਸੀਂ ਜਾਓਗੇ 4 ਕੁ ਘੰਟੇ ਦੀ ਡਰਾਈਵ, ਇੱਥੋਂ ਥੋੜ੍ਹਾ ਜਿਹਾ ਬਾਰਡਰ ਦੂਰ ਹੈਗਾ ਅਤੇ ਅਮਰੀਕਾ ਦਾ ਬਾਰਡਰ ਇੱਥੇ ਵੀ ਪੈ ਜਾਂਦਾ, ਵੈਸੇ ਤਾਂ ਪੂਰੇ ਕੈਨੇਡਾ ਦੇ ਨਾਲ ਹੀ ਸ਼ੇਅਰ ਕਰਦਾ, ਅਤੇ ਇੱਥੋਂ ਵੀ ਮੈਨੂੰ ਲੱਗਦਾ ਬਾਰਡਰ ਦਾ ਕ੍ਰੋਸ ਹੁੰਦਾ, ਇੱਥੋਂ ਵੀ ਤੁਸੀਂ ਅਮਰੀਕਾ ਜਾ ਸਕਦੇ ਹਾਂ। ਅਤੇ ਅਲਬਰਟਾ ਦੇ ਨਾਲ ਅਮਰੀਕਾ ਦੀ ਮੰਟਾਨਾ ਸਟੇਟ ਹੈਗੀ, ਉਹ ਲੱਗਦੀ ਹੈ। ਅਤੇ ਜਿਵੇਂ ਮੈਨੂੰ ਲੱਗਦਾ ਇੱਧਰਲੇ ਪਾਸੇ ਵੈਦਰ ਹੈ ਇੰਨੀ ਗਰਮੀ ਇੰਨਾ ਕੁਛ, ਅਤੇ ਸ਼ਾਇਦ ਉੱਧਰ ਵੀ ਹੋਊਗਾ। ਅਮਰੀਕਾ ਅਤੇ ਕੈਨੇਡਾ ਨਾ ਦੋਵਾਂ ਦਾ ਸਿਮੀਲਰ ਹੈ ਕਾਫੀ ਸਾਰੀਆਂ ਚੀਜ਼ਾਂ। ਜਿਵੇਂ ਅਸੀਂ ਜਦੋਂ BC ਘੁੰਮ ਰਹੇ ਸੀ ਉਦੋਂ ਦੱਸਿਆ ਸੀ ਉਹਨਾਂ ਨੇ ਵੀ ਜਿਹੜੀ ਉੱਧਰਲੇ ਪਾਸੇ ਵਾਸ਼ਿੰਗਟਨ ਲੱਗਦੀ ਹੈ ਜਾਂ ਸਿਆਟਲ ਪੈਂਦਾ ਹੈਗਾ, ਹੈ ਨਾ, ਜਿੰਨੀਆਂ ਸਟੇਟਾਂ ਨੇ, ਸਾਰਾ ਕਹਿੰਦੇ ਵੈਦਰ ਵੀ ਸਿਮੀਲਰ ਹੈ, ਪਹਾੜ ਵੀ ਸੇਮ ਨੇ, ਅਤੇ ਰੌਕੀ ਮਾਊਂਟਨ ਜਿੱਥੇ ਦੇਖੀ ਸੀ ਉੱਥੇ ਵੀ ਡਰਾਈ ਏਰੀਆ।
ਇੱਥੇ ਭੈਣ ਹੁਣੀ ਦੱਸਦੇ ਵੀ ਜਦੋਂ ਤੁਸੀਂ ਮੰਡਾਨਾ ਸਟੇਟ ਜਾਓਗੇ ਉੱਧਰ ਵੀ ਇਹੋ ਜਿਹੇ ਵਾਹਣ, ਇਹੋ ਜਿਹੀ ਖੇਤੀਬਾੜੀ ਸਾਰਾ ਕੁਛ ਸੇਮ ਆ। ਹੁਣ ਅਸੀਂ ਪਹੁੰਚ ਗਏ ਜੀ ਕੈਲਗਰੀ ਦੇ ਬਾਹਰ ਬਾਹਰੀ ਖੇਤਾਂ 'ਚ, ਇੱਕ ਫਾਰਮ ਯਾਰਡ ਬਣਿਆ ਹੋਇਆ, ਇਹ ਵੀ ਖੇਤੀ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਇਹ ਦਿਖਾਉਂਦੇ ਹਾਂ। ਅੰਦਰਲੇ ਪਾਸੇ ਕਾਫੀ ਵੱਡਾ, ਪਹਿਲਾਂ ਦੀ ਅਸੀਂ ਟਿਕਟ ਲੈ ਲਈਏ ਅਤੇ ਟਿਕਟ ਦੱਸਦੇ ਤੁਹਾਨੂੰ ਕਿੰਨੀ ਹੈ ਇੱਥੇ, ਅਤੇ ਫਿਰ ਅੰਦਰੋਂ ਸਾਰਾ ਗੱਲਾਂ ਬਾਤਾਂ ਕਰਾਂਗੇ ਨਾਲ ਦਿਖਾਵਾਂਗੇ। ਖੁਸ਼ੀ ਕਿੰਨੀ ਟਿਕਟ ਹੈ, ਕਿੰਨੀ ਟਿਕਟ ਹੈ ਖੁਸ਼ੀ? ਮਿਸ਼ਨ ਡਸ ਇਨਕਲੂਡ ਆਲ ਆਰ ਐਕਟੀਵਿਟੀਜ਼ ਐਕਸੈਪਟ ਫॉर ਪੇਂਟਬਲ ਜੈਮਸਟੋਨ ਮਾਈਨਿੰਗ ਐਂਡ ਐਨੀਮਲ ਫੀਡ। $50 $16-17 ਇਹਦੇ ਹਲਾ ਖੇਤੀ ਵਾਲੀਆਂ ਚੀਜ਼ਾਂ ਦੇ ਵੀ ਇਹਨਾਂ ਨੇ ਟਿਕਟਾਂ ਲਾ ਲਾ ਵੇਚੀ ਜਾਂਦੇ, ਗੋਰਿਆਂ ਦਾ ਬਿਜ਼ਨਸ ਮਾਈਂਡ ਹੈ। ਲਓ ਜੀ ਐਂਟਰੈਂਸ ਮਿਲ ਗਈ ਅੰਦਰ ਆਪਾਂ ਨੂੰ, ਅਤੇ ਸਭ ਤੋਂ ਪਹਿਲਾਂ ਲਾਇਆ ਹੁੰਦਾ ਇਹਨਾਂ ਨੇ ਮੈਪ ਸਾਰੇ ਕਿਤੇ ਵੀ ਅੰਦਰ ਸਾਡੇ ਕੋਲ ਕੀ ਕੁਛ ਦੇਖਣ ਨੂੰ ਹੈ। ਅਤੇ ਮੈਂ ਗੱਲ ਇਹ ਕਰ ਰਿਹਾ ਸੀ ਆਪਣੇ ਜਿਵੇਂ ਪ੍ਰੀ ਵੈਡਿੰਗ ਵਾਲੇ ਸ਼ੂਟ ਬਣੇ ਹੁੰਦੇ ਆ ਨਾ ਥਾਂ ਥਾਂ, ਅਸੀਂ ਇੱਥੇ ਬਾਹਲੇ ਥਾਂ ਦੇਖ ਲਿਆ, ਅਤੇ ਇੱਥੇ ਇਹ ਚੀਜ਼ਾਂ ਬਣੀਆਂ ਹੁੰਦੀਆਂ ਖੇਤੀ ਨਾਲ ਸੰਬੰਧਿਤ ਦੇਖਣ ਨੂੰ। ਇਹਦੇ ਵੀ ਪੈਸੇ ਲਾਉਂਦੇ ਆ ਇਹ, ਅਤੇ ਗੋਰੇ ਜਵਾਕਾਂ ਨੂੰ ਖਿਡਾਉਣ ਆਉਂਦੇ ਇੱਥੇ, ਅਤੇ ਖੇਤੀ ਨਾਲ ਤਾਂ ਮੈਨੂੰ ਲੱਗਦਾ ਸ਼ਾਇਦ ਜੁੜਦੇ ਹੋਣ ਨਾ ਜੁੜਦੇ ਹੋਣ ਜਵਾਕ ਉਹਨਾਂ ਦਾ ਮੈਨੂੰ ਪਤਾ ਨਹੀਂ, ਪਰ ਤੁਸੀਂ ਦੇਖੋ ਅੰਦਰ ਸਾਰਾ ਟਰੈਕਟਰ ਫਿਰਦੇ ਆ, ਉਹੀ ਖੇਤੀ ਨਾਲ ਸੰਬੰਧਿਤ ਕੰਮ ਕਾਰ, ਦੁੱਧ, ਉਹੀ ਜਿੰਨੀਆਂ ਵੀ ਫਸਲਾਂ ਹੁੰਦੀਆਂ ਸਾਰਾ ਹੈ ਨਾ। ਅਤੇ ਆਪਣੇ ਤਾਂ ਹੁਣ ਫੋਟੋਆਂ ਖਿਚਾਉਣ ਦੀ ਰਹਿ ਗਿਆ ਪ੍ਰੀ ਵੈਡਿੰਗ ਵਾਲੇ, ਐਕਸਪੀਰੀਅੰਸ ਕਰਾਉਂਦੇ ਆ ਦੇਖੋ ਨਿਆਣੇ ਲਈ ਫਿਰਦੇ। ਆਹ ਕੀ ਆ ਖੁਸ਼ੀ, ਦੁੱਧ ਪਿਆ ਇੱਥੇ, ਕੀ ਪਿਆ ਇਹਦੇ 'ਚ? ਬਬਲ ਬਰਨ ਓਕੇ। ਅਤੇ ਇਹਨਾਂ ਨੇ ਜੀ ਖੇਤਾਂ 'ਚ ਇਹ ਸਰੀ 'ਚ ਵੀ, ਅਸੀਂ ਸਰੀ ਦੇ ਕੋਲ ਵੀ ਦੇਖਿਆ, ਐਪਸਫੋਰਡ 'ਚ ਦੇਖਿਆ ਆਪਣੇ, ਉੱਥੇ ਪੰਜਾਬੀਆਂ ਨੇ ਬਣਾਇਆ ਹੋਇਆ ਆਪਣੇ ਦਾ ਐਪਸਫੋਰਡ 'ਚ ਤਾਂ, ਅਤੇ ਪੰਜਾਬੀਆਂ ਦਾ ਬਹੁਤ ਮਸ਼ਹੂਰ ਫਾਰਮ ਹੈ। ਅਤੇ ਇੱਥੇ ਇਹ ਭੈਣੇ ਹਰਦੀਪ ਭੈਣੇ ਇਹ ਥਾਂ ਥਾਂ ਜਗ੍ਹਾ ਜਗ੍ਹਾ ਮਤਲਬ ਮਸ਼ਹੂਰ ਹੀ ਹੈ, ਬਣਾਉਂਦੇ ਹੀ ਰਹਿੰਦੇ ਆ ਮਤਲਬ। ਹਾਂਜੀ ਮੋਸਟਲੀ ਇਹ ਜਿਵੇਂ ਹੁਣ ਹੈਲੋਵੀਨ ਆਉਣ ਵਾਲੀ ਆ ਨਾ, ਹਾਂਜੀ ਜਿਹੜਾ ਭੂਤਾਂ ਦਾ ਤਿਉਹਾਰ ਕਹਿੰਦੇ ਜਿਹਨੂੰ, ਹਾਂਜੀ ਪੰਪਕਿਨ ਫਾਰਮ ਹੁੰਦੇ ਆ, ਮਤਲਬ ਇੱਥੇ ਲੋਕ ਆਉਂਦੇ ਆ ਸਪੈਸ਼ਲ ਚੂਜ਼ ਕਰਕੇ ਪੰਪਕਿਨ ਲੈ ਕੇ ਜਾਂਦੇ ਆ। ਅੱਛਾ ਮਤਲਬ ਇੱਥੇ ਜਵਾਕਾਂ ਨੂੰ ਗੋਰੇ ਹੈਲੋਵੀਨ ਦੇ ਜ਼ਿਆਦਾ ਲਿਆਉਂਦੇ? ਹਾਂਜੀ। ਅਤੇ ਮੈਂ ਹੈਰਾਨ ਆ ਭੈਣੇ ਵੀ ਟਿਕਟ ਇੱਥੇ ਖੇਤ 'ਚ ਆਉਣ ਦੀ ਟਿਕਟ ਹੈ, ਇਹ ਵੀ ਕਿਸੇ ਗੋਰੇ ਦਾ ਫਾਰਮ ਹੀ ਹੋਊਗਾ ਵੈਸੇ? ਹਾਂਜੀ ਉਹਨੇ ਬਸ ਆਈਡੀਆ ਲੈ ਕੇ ਆ ਬਣਾ ਤਾ। ਪਰ ਟਿਕਟ ਪਰ ਇੱਥੇ ਬਹੁਤ ਸਾਰੀਆਂ ਐਕਟੀਵਿਟੀ ਹੈ ਜੀ ਬੱਚਿਆਂ ਦੇ ਕਰਨ ਲਈ, ਤੁਸੀਂ ਅੱਗੇ ਦੇਖੋ ਜਿਵੇਂ ਪਿਕਨਿਕ ਸਪੌਟ ਕਹਿ ਸਕਦੇ ਹਾਂ, ਮੇਨਟੇਨੈਂਸ ਚਾਰਜਸ ਕਹਿ ਸਕਦੇ। ਫਿਰ ਜਵਾਕ ਕਹਿੰਦੇ ਆ ਵੀ ਸਾਨੂੰ ਇੱਥੇ ਲੈ ਕੇ ਜਾਓ? ਹਾਂਜੀ ਬਹੁਤ ਫਨ ਆਪਾਂ ਜੋ ਦੇਖਾਂਗੇ ਪਤਾ ਲੱਗੂ, ਜਿਵੇਂ ਆਪਣੇ ਨਿਆਣੇ ਆਪਣੇ ਪੰਜਾਬੀਆਂ ਦੇ ਵੀ ਕਹਿ ਦਿੰਦੇ ਆ। ਹਾਂਜੀ ਆਪਣੇ ਜਿਵੇਂ ਵਾਟਰ ਪਾਰਕ 'ਚ ਜਾ ਕੇ ਆਪਣੇ ਵਾਟਰ ਪਾਰਕ ਜਾਂਦੇ ਲੈ ਕੇ ਆਉਂਦੇ ਹੁੰਦੇ ਆ, ਬਹੁਤ ਔਖਾ ਮੋੜ ਕੇ ਲੈ ਕੇ ਜਾਂਦੇ ਆ ਇੱਥੋਂ। ਲੈ ਮੈਂ ਪਿੱਛੇ ਭੈਣੇ ਪਹਿਲਾਂ ਆਹ ਦਿਖਾ ਦਾਂ, ਇੱਥੇ ਆਹ ਦੇਖੋ ਜੀ ਇੰਨੇ ਇੰਨੇ ਪੁਰਾਣੇ ਆ ਗੱਡੇ ਖੜੇ ਆ ਤੁਹਾਨੂੰ, ਆਹ ਦਿਖਾ ਦਾਂ ਥੋੜ੍ਹਾ ਜਿਹਾ। ਅਤੇ ਪੁਰਾਣੀਆਂ ਚੀਜ਼ਾਂ ਨਾ ਸਾਰੀਆਂ ਇਹਨਾਂ ਨੇ ਗੋਰਿਆਂ ਨੇ ਸਾਂਭੀਆਂ ਹੋਈਆਂ, ਇੱਥੇ ਹੈ ਸਾਰੀਆਂ ਖੇਤੀ ਵਾਲੀਆਂ ਹੀ, ਇਹਨਾਂ ਦਾ ਕਿਸੇ ਟਾਈਮ ਦਾ ਇਹ ਪੁਰਾਣਾ ਰੱਥ ਹੋਊਗਾ, ਅਤੇ ਚੀਜ਼ਾਂ ਸਿੱਟਦੇ ਨਹੀਂ ਆਪਣੇ ਤਾਂ, ਪਤਾ ਨਹੀਂ ਕਿਹੜੇ ਖੁੰਜੇ ਸੰਦੂਕ ਲਾ ਕੇ ਆਪਣੇ ਸਿੱਟ ਦਿੰਦੇ ਆ, ਬਹੁਤ ਆਪ ਸੰਭਾਲਦੇ ਆਪਣੇ ਵੀ ਹੈ ਪਰ ਆਪਣੀ ਮੈਜੋਰਟੀ 'ਚ ਨਹੀਂ ਕੋਈ ਸੰਭਾਲਦਾ। ਅਤੇ ਹੁਣ ਅੰਦਰ ਅੱਗੇ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਕੀ ਚੀਜ਼ਾਂ ਇੱਥੇ। ਆਹ ਦੇਖੋ ਡਸਟਬਿਨਾਂ ਨੂੰ ਵੀ ਗਾਈਆਂ ਵਾਲਾ ਰੰਗ ਕਰ ਰੱਖਿਆ, ਉਹਦਾ ਉਹ ਲਿਫਾਫਾ ਚਾੜਿਆ ਹੋਇਆ ਹੈਗਾ। ਕਮਾਲ ਹੈ ਯਾਰ, ਪਹਿਲੀ ਵਾਰ ਦੇਖਿਆ ਇੱਥੇ ਕੈਨੇਡਾ ਜਾ ਕੇ ਵੀ ਆਹ ਚੀਜ਼ਾਂ ਵੀ ਪੋਸੀਬਲ ਹੋ ਸਕਦੀਆਂ, ਆਪਣੇ ਵੀ ਪੋਸੀਬਲ ਹੋ ਸਕਦੀਆਂ, ਪਰ ਆਪਣੇ ਤਾਂ ਖੇਤਾਂ 'ਚ ਨਿਆਣੇ ਵੈਸੇ ਹੀ ਜਾਂਦੇ ਰਹਿੰਦੇ ਆ। ਗੋਰਿਆਂ ਦੀਆਂ ਨਾ ਤਵੀਆਂ ਦੇਖ ਲਓ, ਅੱਜ ਕੱਲ੍ਹ ਦਾ ਇਹਨਾਂ ਕੋਲ ਭਾਵੇਂ ਕਿੱਡੇ ਕਿੱਡੇ ਮਰਜ਼ੀ ਸੰਦ ਆ, ਆਹ ਤਵੀਆਂ ਇਹੋ ਜਿਹੀਆਂ ਹੁੰਦੀਆਂ ਸੀ ਪੁਰਾਣੇ ਟਾਈਮਾਂ 'ਚ ਜਦੋਂ ਆਪਣੇ ਬਲਦਾਂ ਨਾਲ ਖੇਤੀ ਹੁੰਦੀ ਸੀ, ਜਿਨ੍ਹਾਂ ਸਮਿਆਂ 'ਚ ਉਦੋਂ ਇੱਥੇ ਆਹ ਸੰਦ ਹੁੰਦੇ ਹੋਣਗੇ ਇਹੋ ਜਿਹੇ, ਉਦੋਂ ਵੀ ਆਹ ਤਵੀਆਂ ਦੇਖ ਲਓ ਚਾਰ ਚਾਰ ਕਰਕੇ ਐਂ ਪਾਈਆਂ ਹੋਈਆਂ, ਇਹ ਟਰੈਕਟਰਾਂ ਪਿੱਛੇ ਪੈਂਦੀਆਂ ਹੋਣਗੀਆਂ। ਬਹੁਤ ਪਹਿਲਾਂ ਆਪਣੇ ਤਾਂ ਸੁਣਦੇ ਹੀ ਆਏ ਨਾ ਵੀ ਐਡਵਾਂਸ ਨੇ ਗੋਰੇ, ਵਾਕਈ ਐਡਵਾਂਸ ਨੇ, ਸੱਚੀ ਗੱਲ ਹੈ ਇਹ। ਇਹ ਦੇਖ ਲਓ ਟਰੱਕ ਖੜਾ ਰੱਖਿਆ ਪੁਰਾਣਾ, ਇਹ ਵੀ ਕੋਈ ਦੁੱਧ ਦੱਧ ਢੋਣ ਵਾਲਾ ਹੋਊ ਪੁਰਾਣੇ ਟਾਈਮ ਦਾ, ਉਹ ਉੱਪਰਾਂ ਜਵਾਕ ਹਲ ਹੁਲ ਚਲਾਈ ਜਾਂਦੇ।
ਇੱਕ ਤਾਂ ਇੱਥੇ ਆਏ ਨਾ ਵੀ ਹਰੇਕ ਤਾਂ ਆਪਾਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਵੀ ਨੇੜੇ ਨਹੀਂ ਕਿਸੇ ਦੇ ਲਿਜਾ ਸਕਦੇ। ਇੰਡੀਆ ਦਾ ਸਿਸਟਮ ਹੋਰ ਹੁੰਦਾ, ਹਰੇਕ ਨਾਲ ਗੱਲ ਕਰ ਲਓ ਜਾਂ ਆਪਣੇ ਆਪਣੇ ਵਾਲੇ ਮੋਸਟਲੀ ਏਸ਼ੀਅਨ ਕੰਟਰੀ 'ਚ ਕੈਮਰਾ ਫਰੈਂਡਲੀ ਹੁੰਦੇ ਆ। ਇੱਥੇ ਅਗਲੇ ਨੂੰ ਪਹਿਲਾਂ ਪੁੱਛਣਾ ਪੈਂਦਾ ਵੀ ਤੂੰ ਗੱਲ ਕਰਨਾ ਇੱਛੁਕਾ, ਮੈਂ ਤੇਰੇ ਨਾਲ ਕਰ ਸਕਦਾ ਜਾਂ ਨਹੀਂ। ਆ ਕਣਕ ਬੀਜਣ ਵਾਲੀ ਮਸ਼ੀਨ ਆ ਗਈ ਇਹਨਾਂ ਦੀ, ਪੁਰਾਣੇ ਟਾਈਮ ਦੀ, ਇਹ ਵੀ ਜੌਂਡੀਅਰ ਦੀ ਲੱਗਦੀ ਹੈ ਮੈਨੂੰ, ਕਲਰ ਤਾਂ ਹੋਇਆ ਜੀ ਕੀਤਾ ਹੋਇਆ ਇਹਦੇ 'ਤੇ, ਅਤੇ ਇਹ ਐਂ ਡਰੰਮਾਂ 'ਚ ਪਹਿਲਾਂ ਵਾਲੇ ਸਮੇਂ 'ਚ ਪਾ ਦਿੰਦੇ ਹੋਣਗੇ। ਦੇਖੋ ਆ ਡਰੰਮ ਲੱਗਿਆ ਜਿਵੇਂ ਆਪਣੇ ਦੁੱਧ ਵਾਲੇ ਡਰੰਮ ਨਹੀਂ ਹੁੰਦੇ, ਐਂ ਲੱਗਿਆ ਤਾਂ ਖੁੱਲ੍ਹਦਾ ਵੀ ਨਹੀਂ ਮੇਰੇ ਖਿਆਲ 'ਚ, ਖੁੱਲੂਗਾ ਇੱਥੋਂ। ਆਹ ਦੇਖੋ ਐਂ ਡਰੰਮ ਹੁੰਦੇ ਸੀ ਅਤੇ ਇਹਦੇ 'ਚ ਪਾ ਦਿੰਦੇ ਸੀਗੇ, ਇਹੋ ਜਿਹੀਆਂ ਮਸ਼ੀਨਾਂ ਪਹਿਲਾਂ ਚੱਲਦੀਆਂ ਸੀਗੀਆਂ। ਏ ਟੂ ਜੈਡ ਇਕੱਲੀ ਇਕੱਲੀ ਚੀਜ਼ ਸਾਂਭੀ ਬੈਠੇ ਯਾਰ, ਇਕੱਲੀ ਇਕੱਲੀ ਚੀਜ਼ ਪੁਰਾਣੀ। ਇਹ ਵੀ ਇੱਥੇ ਨਿਆਣੇ ਦੇਖਣ ਆਉਂਦੇ ਆ। ਇਹ ਦੇਖੋ ਗੱਡੇ ਇਹਨਾਂ ਦੇ ਪੁਰਾਣੇ, ਇਹ ਵੀ ਲੱਕੜ ਦਾ ਗੱਡਾ, ਖੇਤੀ ਨਾਲ ਸੰਬੰਧਿਤ ਚੀਜ਼ਾਂ ਦੇ ਸ਼ਾਇਦ ਢੋਆ ਢਵਾਈ ਕਰਦੇ ਹੋਣਗੇ ਆਪਣੇ, ਜਿਵੇਂ ਬਲਦ ਰੇੜੇ ਆਪਣੇ। ਸਹੀ ਗੱਲ ਹੈ ਭੈਣੇ, ਉਹੀ ਕੁਛ ਹੈ। ਹਾਂ ਚੀਜ਼ਾਂ ਸਾਰੀਆਂ ਕਿਤੇ ਉਹੀ ਹੈ, ਸਟਾਈਲ ਦਾ ਫਰਕ ਹੈ। ਭੈਣੇ ਇੱਕ ਗੱਲ ਮੈਂ ਹੋਰ ਐਂ ਸੋਚਦਾ ਵੀ ਤੁਸੀਂ ਇਹ ਦੇਖ ਲਓ ਜਿੰਨੇ ਮੁਲਕ ਇਹ ਡਿਵੈਲਪ ਹੋਏ ਆ, ਕੈਨੇਡਾ, ਸਾਰੇ ਇੱਕੋ ਫੇਸ 'ਚੋਂ ਲੰਘੇ ਹੋਏ ਆ। ਇਹਨਾਂ ਕੋਲ ਵੀ ਆਹ ਚੀਜ਼ਾਂ ਸੀ, ਹੈ ਨਾ, ਇਹ ਪਹਿਲਾਂ ਥੋੜ੍ਹਾ ਜਿਹਾ ਐਡਵਾਂਸ ਹੋ ਗਿਆ, ਆਪਾਂ ਬਾਅਦ 'ਚੋਂ ਹੋਈਆਂ ਨੇ। ਹਾਂਜੀ ਇਨਵੈਂਸ਼ਨ ਇਹਨਾਂ ਦੀ ਹੈ ਸਾਰੀ, ਜਿਵੇਂ ਹੁਣ ਭੈਣੇ ਆਪਾਂ ਕਮਾਈਆਂ ਕਮੂਨਾਂ ਜਿਹੜੀਆਂ ਖੇਤਾਂ 'ਚ ਦੇਖ ਕੇ ਆਏ ਆਂ, ਆਪਣੇ ਵੀ ਉਹੀ ਕੁਛ ਹੋਜੂਗਾ, ਹੌਲੀ ਹੌਲੀ ਆਪਣੇ ਹੋਜੂ, ਹੈ ਨਾ। ਆਪਣੇ ਏ ਸੀ ਕੈਬਨ ਵਾਲੇ ਆਉਣ ਲੱਗ ਗਏ ਆਪਣੇ ਵੀ ਸਾਰੇ। ਇਹ ਲਓ ਜੀ ਅੱਗੇ ਆ ਗਿਆ ਬੱਕਰੀਆਂ ਦਾ ਫਾਰਮ, ਭੇਡਾਂ ਦਾ ਫਾਰਮ, ਅਤੇ ਗੋਰਿਆਂ ਨੇ ਤਾਂ ਇਹ ਵੀ ਰੱਖੀਆਂ ਹੋਈਆਂ। ਇੱਥੇ ਨਾ ਜਿਹੜਾ ਇਹ ਚੀਜ਼ਾਂ ਨੂੰ ਰੱਖਣ ਦਾ ਵੀ ਕਲਚਰ ਹੈ, ਤੁਹਾਨੂੰ ਜਦੋਂ ਹੀ ਤੁਸੀਂ ਕੈਲਗਰੀ ਤੋਂ ਬਾਹਰ ਨਿਕਲੋਗੇ ਘੋੜਿਆਂ ਦੇ ਫਾਰਮ ਆ ਬਹੁਤ ਵੱਡੇ ਵੱਡੇ, ਹੋ ਸਕਿਆ ਅਸੀਂ ਤੁਹਾਨੂੰ ਦਿਖਾ ਦਾਂਗੇ ਅੱਜ ਹੀ। ਅਤੇ ਘੋੜਿਆਂ ਦੇ ਫਾਰਮ ਹੈ, ਗਾਵਾਂ ਦੇ ਫਾਰਮ ਹੈ, ਭੇਡਾਂ ਰੱਖਦੇ ਆ ਕਿਸਾਨ ਇੱਥੋਂ ਦੇ। ਇਹ ਸਾਰਾ ਖੇਤੀ ਵਾਲਾ ਏਰੀਆ, ਮਤਲਬ ਤਾਂਹੀਓ ਕਰਕੇ ਇਹਨੂੰ ਐਂ ਪੇਂਡੂ ਇਲਾਕਾ ਸੱਦਿਆ ਜਾਂਦਾ, ਜਿੰਨੀ ਅਲਬਰਟਾ ਸਟੇਟ ਆ ਸਾਰੀ, ਸਾਰੀ ਅਲਬਰਟਾ ਸਟੇਟ 'ਚ ਲੋਕ ਖੇਤੀ ਕਰਦੇ ਆ ਮੋਸਟਲੀ। ਅਤੇ ਅੱਗੇ ਉਹ ਸਾਨੂੰ ਦੇਖਿਆ ਗਧੇ ਵੀ ਹੈਗੇ, ਅੱਗੇ ਗਧੇ ਫਿਰਦੇ ਆ, ਉਹ ਉੱਥੇ ਰੱਖੇ, ਤੁਹਾਨੂੰ ਅੱਗੇ ਜਾ ਕੇ ਸਾਰਾ ਦਿਖਾਉਣਾ। ਅਤੇ ਇੱਥੋਂ ਜੀ ਚੀਜ਼ਾਂ ਲੈ ਸਕਦੇ ਹਾਂ ਆ, ਭੈਣ ਹੁਣੇ ਨੇ ਲਈਆਂ ਹੁਣ ਕੁਛ ਚੀਜ਼ਾਂ ਜਾਨਵਰਾਂ ਨੂੰ ਪਾਉਣ ਨੂੰ, ਇਹਨਾਂ ਨੂੰ ਤੁਸੀਂ ਖਵਾ ਸਕਦੇ ਆ, ਬਿਜ਼ਨਸ ਹੈ ਟੋਟਲੀ। ਖਾਰੇ ਆ ਇਹ ਭੈਣੇ, ਮੇਲਾ ਦਾ ਨਿਆਣੇ ਤਾਂ ਇਹਨਾਂ ਨੂੰ ਖਵਾ ਖਵਾਈ ਖੁਸ਼ ਹੋ ਜਾਂਦੇ ਹੋਣਗੇ, ਹੈ ਨਾ। ਹੈ ਸਹੀ ਹੈ, ਆਹ ਥੱਲੋਂ ਦੇਖੋ ਲੈ, ਇੱਥੇ ਤਾਂ ਯਾਰ ਆਪਾਂ ਕਹਿੰਦੇ ਵੀ ਖਬਨੀ ਆਪਣੀ ਇਹ ਚੀਜ਼ਾਂ ਹੁੰਦੀਆਂ, ਆਪਣੇ ਰੱਖਦੇ ਆ ਸਾਰੇ ਕਿਤੇ ਦੇ ਕਿਸਾਨ ਆ ਨਾ ਜਿਹੜੇ, ਕਿਸਾਨੀ ਆਲਮੋਸਟ ਸੇਮ ਆ, ਮਤਲਬ ਹਰੇਕ ਕਿਤੇ ਦੁਨੀਆ 'ਚ ਕਿਤੇ ਵੀ ਦੇਖ ਲਓ ਪੂਰੇ ਇੱਥੋਂ। ਹੁਣ ਜਿਵੇਂ ਅਸੀਂ ਵੀ ਟੂਰਿਸਟ ਆਏ ਹਾਂ, ਇਕੱਲੇ ਇੱਥੇ ਕੈਨੇਡੀਅਨ ਲੋਕ ਜਾਂ ਗੋਰਿਆਂ ਦੇ ਲੋਕ ਨਹੀਂ ਆਉਂਦੇ, ਬਾਹਰੋਂ ਜਿੰਨੇ ਹੋਰ ਲੋਕ ਆਉਂਦੇ ਆ ਉਹ ਵੀ ਇੱਥੇ ਆਹੀ ਕੁਛ ਦੇਖਣ ਆਉਂਦੇ ਆ। ਕੈਨੇਡਾ 'ਚ ਵੈਸੇ ਇੱਧਰ ਇਹ ਚੀਜ਼ਾਂ ਹੋਰ ਹੈ ਵੀ ਨਹੀਂ, ਕੈਲਗਰੀ ਦੇ ਨੇੜੇ ਤੇੜੇ ਆਹੀ ਜ਼ਿਆਦਾ ਚੀਜ਼ਾਂ ਨੇ, ਆਹ ਨੋ ਐਂਟਰੀ, ਅੰਦਰ ਨਹੀਂ ਜਾਣਾ, ਬਾਹਰੋਂ ਬਾਹਰੋਂ ਦੇਖ ਸਕਦੇ ਹਾਂ। ਉਹ ਦੇਖੋ ਨਿਆਣੇ ਖਵਾਈ ਜਾਂਦੇ ਸਾਰੀਆਂ ਨਾ, ਇਹਦੇ ਖੇਤੀ ਨਾਲ ਸੰਬੰਧਿਤ ਚੀਜ਼ਾਂ। ਕੈਲਗਰੀ 'ਚ ਇਕੱਲਾ ਤੁਸੀਂ ਜਿਹੜਾ ਮੇਨ ਦੇਖ ਸਕਦੇ ਹੋ ਵੀ ਉਹ ਬੈਂਫ ਹੈ, ਦੇ ਲੈ ਕੇ ਫਿਰ ਉਹੀ ਗੱਲ ਆ ਜਾਂਦੀ ਹੈ, ਅਤੇ ਬੈਂਫ ਤੋਂ ਬਿਨਾਂ ਬਾਕੀ ਖੇਤੀ ਆ। ਭੈਣੇ ਇਹਨਾਂ ਨੂੰ ਪਾ ਦਿਓ, ਇਹਨਾਂ ਦਾ ਯਾਰ ਪ੍ਰੋਪਰਲੀ ਨਾ ਬਿਜ਼ਨਸ ਬਣਾ ਰੱਖਿਆ ਸਾਰਾ। ਕੋਈ ਡਿਫਰੈਂਟ ਤਰ੍ਹਾਂ ਦਾ ਜਾਨਵਰ ਦੇਖਣ ਨੂੰ ਮਿਲ ਨਹੀਂ ਰਿਹਾ ਵੀ ਕੈਨੇਡਾ ਦਾ ਹੋਵੇ, ਅਤੇ ਬਸ ਇਹ ਆ ਵੀ
ਜਿਹੜੇ ਨੋਰਮਲ ਜਿਹੇ ਜਾਨਵਰ ਆ ਉਹੀ ਆ। ਆ ਗਿਆ ਡੌਂਕੀ, ਇਹ ਸਭ ਤੋਂ ਵੱਧ ਪਾਕਿਸਤਾਨ 'ਚ ਹੁੰਦੇ ਆ, ਅਫਗਾਨਿਸਤਾਨ 'ਚ ਉੱਧਰ ਦੇਖਣ ਨੂੰ ਮਿਲਦੇ ਆ, ਉੱਧਰ ਤਾਂ ਖੇਤੀ ਵੀ ਇਹਨਾਂ ਨਾਲ ਹੀ ਕਰਦੇ ਆ। ਇੱਥੇ ਇਹਨਾਂ ਨੇ ਇਹ ਵੀ ਜੂ ਹੀ ਬਣਾ ਰੱਖਿਆ, ਘਰੇ ਇੰਨੇ ਜਾਨਵਰ ਰੱਖ ਰੱਖੇ ਆ। ਆਹ ਦੇਖੋ ਜੀ, ਆਹ ਆ ਗਿਆ ਡਿਫਰੈਂਟ ਤਰ੍ਹਾਂ ਦਾ ਜਾਨਵਰ, ਸ਼ਾਇਦ ਬਹੁਤੇ ਨੇ ਤਾਂ ਦੇਖਿਆ ਹੋਣਾ ਪਹਿਲਾਂ ਇਹਨੂੰ ਲੈਮਸ ਜਾਂ ਲੈਮ ਬੋਲਦੇ ਆ, ਅਤੇ ਇਹ ਬੱਕਰੇ ਦੀ ਕਿਸਮ 'ਚੋਂ ਹੀ ਹੁੰਦਾ। ਇਹਨਾਂ ਨੂੰ ਨਹੀਂ ਖਵਾ ਸਕਦੇ ਭੈਣੇ ਆਪਾਂ? ਇਹ ਕੁਛ ਹੋਰ ਖਾਂਦੇ ਆ। ਹਾਂ, ਅਤੇ ਇਹ ਜਾਂ ਤਾਂ ਪਹਾੜੀ ਬੱਕਰਾ ਕਹਿ ਦਿਓ ਆਪਣੇ, ਜਾਂ ਉਹਦੀ ਕਿਸਮ ਨੇੜੇ ਤੇੜੇ ਜੀ ਉਹਦੇ, ਉਹ ਚੀਜ਼ਾਂ ਹੁੰਦੀਆਂ। ਇਹਦਾ ਮੀਟ ਵੀ ਬਹੁਤ ਖਾਧਾ ਜਾਂਦਾ ਇੱਧਰਲੇ ਦੇਸ਼ਾਂ ਦਾ, ਅਤੇ ਆਪਣੇ ਇਹਦਾ ਨਹੀਂ ਖਾਂਦੇ। ਇਹਦੀ ਗਰਦਨ ਦੇਖੋ, ਜਿਵੇਂ ਪੰਛੀ ਹੁੰਦੇ ਨਾ ਆਸਟ੍ਰਿਚ, ਇਹ ਲੈਮ ਬੋਲਦੇ ਇਹਨਾਂ ਨੂੰ, ਲੈਮ। ਹਾਂ, ਜਿਹਦਾ ਮੀਟ ਬਹੁਤ ਖਾਂਦੇ ਆ ਇੱਧਰ। ਹਾਂ ਹਾਂ ਹਾਂ, ਮਗਰ ਵੀ ਪੈ ਜਾਂਦਾ ਇਹ। ਟਾਈਮ ਪਾਸ ਕਰਨ ਨੂੰ ਬਹੁਤ ਵਧੀਆ ਚੀਜ਼ ਹੈ, ਅਤੇ ਸਾਨੂੰ ਐਂ ਸੀਗਾ ਵੀ ਤੁਹਾਨੂੰ ਦਿਖਾਈਏ ਅੱਜ ਸਾਰਾ ਕੁਛ, ਹੈ ਨਾ, ਇਹ ਨਾਲ ਇਹ, ਕਿਉਂਕਿ ਖੇਤੀ ਨਾਲ ਸੰਬੰਧਿਤ ਹੀ ਚੀਜ਼ਾਂ। ਅਤੇ ਜਾਂ ਐਂ ਹੁੰਦਾ ਵੀ ਕੁਛ ਵੀ ਜੋ ਨੇੜੇ ਹੈਗਾ ਵੀ ਇੱਕ ਵਾਰ ਤਾਂ ਜ਼ਰੂਰ ਦੇਖ ਕੇ ਜਾਈਏ ਸਾਰਾ ਕੁਛ। ਸੋ ਇਹ ਸੀ ਆਪਣਾ ਅੱਜ ਦਾ ਵਲੋਗ, ਅਤੇ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਇੱਥੋਂ ਦੀ ਖੇਤੀ ਨਾਲ ਸੰਬੰਧਿਤ। ਸ਼ਾਮ ਦੇ 3-4 ਘੰਟੇ ਹੈਗੇ ਜੀ ਸਾਡੇ ਕੋਲ, ਅਤੇ ਵੀ 3-4 ਘੰਟੇ ਜੋ ਕੁਛ ਦੇਖ ਸਕਦੇ ਹਾਂ ਅੱਜ, ਹੈ ਨਾ। ਸੋ ਮਿਲਦੇ ਹਾਂ ਆਪਾਂ ਜੀ ਕੈਲਗਰੀ ਤੋਂ ਫਿਰ ਕੱਲ੍ਹ ਨੂੰ। ਹੋਪ ਸੋ ਅਸੀਂ ਡਰੈਮ ਹਿੱਲ ਉੱਥੇ ਜਾਵਾਂਗੇ ਜਾਂ ਇੱਕ ਅੱਧਾ ਕੋਈ ਹੋਰ ਚੀਜ਼ ਐਕਸਪਲੋਰ ਕਰਾਂਗੇ, ਅਤੇ ਉਡੀਕ ਕਰਿਓ ਤੁਸੀਂ ਕੱਲ੍ਹ ਦੇ ਵਲੋਗ ਦੀ। ਮਿਲਦੇ ਹਾਂ ਨਵੇਂ ਵਲੋਗ 'ਚ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।